ਗੁਰੂ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋਂ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਨਿਤ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਗੁਰੂ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਗੁਰੂ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰ ਪਾਲਾ ਜੀ ਪਰਮ ਕਿਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਛਤਰ ਤਖਤ ਦੇ ਮਾਲਕ ਸਤਿਗੁਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ ਸ਼ਾਮ ਦੇ ਚੱਲਦੇ ਹੋਏ ਦੀਵਾਨਾਂ ਦੇ ਅੰਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਗੁਰਬਾਣੀ ਦਾ ਮਨੋਹਰ ਕੀਰਤਨ ਆਪ ਜੀ ਨੇ ਸਰਵਣ ਕਰਕੇ ਹਾਜ਼ਰੀਆਂ ਲਗਵਾਈਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦੇ ਬਾਰੇ ਭਾਈ ਗੁਰਦਾਸ ਸਾਹਿਬ ਫਰਮਾਉਂਦੇ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਆਪਣਾ ਦੁਆਇਤ ਤੋਂ ਰਹਿਤ ਪੰਥ ਜਿਹੜਾ ਹੈ ਉਹ ਚਲਾਇਆ ਹੈ ਅਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹਰ ਰੋਜ਼ ਆਪਾਂ ਇਤਿਹਾਸ ਪੜ੍ਹਦੇ ਸੁਣਦੇ ਆ ਰਹੇ ਹਾਂ ਕਿਵੇਂ ਮਹਾਰਾਜ ਪਾਤਸ਼ਾਹ ਜੀ ਸੱਚਖੰਡ ਦੇ ਵਿੱਚੋਂ ਨਿਰੰਕਾਰ ਜੀ ਦੇ ਨਾਲ ਮਿਲਾਪ ਕਰਕੇ ਫਿਰ ਅੱਗੇ ਆ ਰਹੇ ਨੇ ਅਗਲਾ ਅਧਿਆਇ ਆਰੰਭ ਹੋ ਰਿਹਾ ਹੈ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਗੁਰਬਚਨ ਸੋ ਚੂਰਨ ਖਾਏ ਕਮਾਏ ਜਾਹੈ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਜਿਹੜੇ ਪਵਿੱਤਰ ਬਚਨ ਨੇ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਨੇ ਕਿ ਉਹ ਇਸ ਤਰ੍ਹਾਂ ਨੇ ਜਿਵੇਂ ਪੇਟ ਦਰਦ ਨੂੰ ਦੂਰ ਕਰਨ ਵਾਲਾ ਕਿਸੇ ਵੈਦ ਨੇ ਚੂਰਨ ਬਣਾਇਆ ਹੋਵੇ ਉਧਰ ਪੇਟ ਦਰਦ ਜਿਹੜੀ ਇਨਸਾਨ ਨੂੰ ਬਹੁਤ ਤੰਗ ਕਰਦੀ ਹੈ ਇੱਧਰ ਧਰਮ ਦੇ ਮਾਰਗ ਦੇ ਅੰਦਰ ਹਉਮੈ ਜਿਹੜੀ ਹੈ ਇਹ ਸਭ ਤੋਂ ਵੱਡਾ ਰੋਗ ਹੋਇਆ ਕਰਦਾ ਮਹਾਰਾਜ ਬਾਣੀ ਵਿੱਚ ਲਿਖਦੇ ਨੇ ਹਉਮੈ ਰੋਗ ਮਨੁੱਖ ਕਉ ਦੀਨਾ ਇਹ ਤਾਂ ਐਵੇਂ ਹੈ ਜਿਵੇਂ ਰੱਬ ਨੇ ਸਾਰਾ ਹਉਮੈ ਦਾ ਰੋਗ ਬੰਦੇ ਦੇ ਹੀ ਲੇਖੇ ਲਾ ਦਿੱਤਾ ਹੋਵੇ ਇਨਸਾਨ ਨੂੰ ਹੰਕਾਰ ਹੈ ਜ਼ਿਆਦਾ
ਤੋ ਇਧਰ ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਆ ਭਈ ਹਉਮੈ ਦਾ ਰੋਗ ਦੂਰ ਕਰਨ ਦੇ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਮੁੱਖ ਤੋਂ ਨਿਕਲੇ ਹੋਏ ਜੋ ਬਚਨ ਨੇ ਗੁਰਬਾਣੀ ਹੈ ਉਹ ਚੂਰਨ ਦੀ ਤਰ੍ਹਾਂ ਹੈ। ਉਧਰ ਰੋਗ ਹਉਮੈ ਹਰਿਓ ਨਮਸਕਾਰ ਮਮਤਾ ਹੈ। ਚੂਰਨ ਜਿਹੜਾ ਹੈ ਉਹ ਉਧਰ ਦੇ ਰੋਗ ਨੂੰ ਪੇਟ ਦੇ ਰੋਗ ਨੂੰ ਦੂਰ ਕਰਦਾ ਹੈ ਤੇ ਸਤਿਗੁਰੂ ਮਹਾਰਾਜ ਦੇ ਮੁੱਖ ਤੋਂ ਨਿਕਲੀ ਗੁਰਬਾਣੀ ਜਿਹੜਾ ਕਮਾ ਲਵੇ ਜਿਹੜਾ ਪੜ੍ਹ ਲਵੇ ਉਹ ਹਉਮੈ ਦੇ ਰੋਗ ਨੂੰ ਦੂਰ ਕਰਦੀ ਹੈ। ਇਸ ਲਈ ਐਸੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਕਵੀ ਜੀ ਕਹਿੰਦੇ ਨੇ ਨਮਸਕਾਰ ਮਮਤਾਹੇ ਮੇਰੀ ਨਮਸਕਾਰ ਹੈ। ਸਵਈਆ ਸੇਤ ਰਚਿਓ ਜਗ ਸਾਗਰ ਕੋ। ਸੰਸਾਰ ਇੱਕ ਸਾਗਰ ਹੈ ਇਸ ਭਵ ਸਾਗਰ ਤੋਂ ਪਾਰ ਲੰਘਣ ਦੇ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਨਾਮ ਦਾ ਪੁਲ ਬਣਾਇਆ ਹੈ। ਸਭ ਖੰਡ ਪਖੰਡ ਨਸ਼ੋਰ ਸ਼ਰਾਬ। ਇਹ ਜਿਹੜਾ ਸਮੁੰਦਰ ਹੁੰਦਾ ਇਹਦੇ ਵਿੱਚ ਕਈ ਵਾਰੀ ਲਹਿਰਾਂ ਦਾ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਹੁੰਦਾ ਹੈ। ਜਿਹੜਾ ਸੰਸਾਰ ਹੈ ਇਹਦੇ ਵਿੱਚ ਜਿਹੜੇ ਪਖੰਡ ਚੱਲ ਰਹੇ ਨੇ ਕਵੀ ਜੀ ਕਹਿੰਦੇ ਇਹਨਾਂ ਦਾ ਸ਼ੋਰ ਸ਼ਰਾਬਾ ਹੈ। ਕੀਰਤ ਗਾਏ ਸੁਣੈ ਪ੍ਰਭੂ ਕੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਅਤੇ ਅਕਾਲ ਪੁਰਖ ਦੀ ਜਿਹੜਾ ਕੀਰਤੀ ਨੂੰ ਉਸਤਤ ਨੂੰ ਗਾਵੇਗਾ ਤੇ ਸੁਣੇਗਾ। ਤਨ ਹੰਕ ਜੀਏ ਲਖ ਰੰਗ ਸ਼ਹਾਬ। ਉਹ ਫਿਰ ਮਨ ਦਾ ਹੰਕਾਰ ਹਉਮੈ ਜਿਹੜੀ ਹੈ ਉਹਨੂੰ ਛੱਡ ਦਿੰਦੇ ਆ ਇਹ ਜਾਣ ਕੇ ਕਿ ਇਹ ਜਿਹੜਾ ਹਉਮੈ ਦਾ ਅਸੀਂ ਆਪਣੇ ਆਪ ਨੂੰ ਰੰਗ ਚੜਾਈ ਬੈਠੇ ਹੈ। ਸੁਹਾਬਾ ਨਾਮ ਹੁੰਦਾ ਕੁਸੁੰਭੇ ਰੰਗ ਦਾ। ਉਹ ਸਮਝ ਜਾਂਦੇ ਵੀ ਇੱਕ ਸੁੰਭੇ ਰੰਗ ਦੀ ਤਰ੍ਹਾਂ ਫਿੱਕਾ ਹੀ ਰੰਗ ਹੈ ਉਹਨੂੰ ਫਿਰ ਤਿਆਗ ਦਿੰਦੇ ਹਨ। ਰੰਗ ਧਨੀ ਦੁੱਖ ਪਾਰ ਪਰੇ। ਇਹ ਦੁਨੀਆਂ ਦੇ ਉੱਤੇ ਚਾਹੇ ਕੋਈ ਰੰਗ ਕੰਗਾਲ ਗਰੀਬ ਹੋਵੇ ਤੇ ਭਾਵੇਂ ਕੋਈ ਧਨਵਾਨ ਹੋਵੇ ਗੁਰੂ ਨਾਨਕ ਸਾਹਿਬ ਨੇ ਨਾਮ ਦਾ ਜੋ ਪੁਲ ਬਣਾਇਆ ਹੈ ਭਵ ਸਾਗਰ ਤੋਂ ਲੰਘਣ ਵਾਸਤੇ ਜੇ ਕੋਈ ਲੰਘਣਾ ਚਾਹੇ ਤੇ ਚਾਹੇ ਉਹ ਗਰੀਬ ਹੈ ਤੇ ਚਾਹੇ ਅਮੀਰ ਹੈ ਉਹ ਲੰਘ ਸਕਦਾ ਹੈ। ਅਵਲੋਕਤ ਹੈ ਨਿਜ ਰੂਪ ਅਜਬ। ਉਹ ਲੰਘਦਾ ਕਿਵੇਂ ਹੈ ਜਦੋਂ ਆਪਣੇ ਰੂਪ ਨੂੰ ਦੇਖ ਲੈਂਦਾ ਹੈ ਭਾਵ ਆਪਣੇ ਸਰੂਪ ਨੂੰ ਪਛਾਣ ਲੈਂਦਾ ਹੈ ਆਤਮਾ ਤੱਕ ਪਹੁੰਚ ਕਰਦਾ ਹੈ ਜਿਹਨੇ ਕਰ ਲਈ ਉਹ ਮੰਨ ਲਓ ਭਵ ਸਾਗਰ ਤੋਂ ਪਾਰ ਹੋ ਗਿਆ ਚਾਹੇ ਉਹਨੇ ਝੁੱਗੀਆਂ ਦੇ ਵਿੱਚ ਜਨਮ ਲਿਆ ਤੇ ਭਾਵੇਂ ਮਹਿਲਾਂ ਦੇ ਵਿੱਚ ਜਨਮ ਲਿਆ ਭਾਵ ਹੈ ਕਿ ਸਾਰਿਆਂ ਵਾਸਤੇ ਆਪਸ਼ਨ ਹੈ ਮਹਾਰਾਜ ਜੀ ਨੇ ਦਿੱਤੀ। ਦੇਵਨ ਦੇਵ ਸਦਾ ਪਦ ਸੇਵੋ। ਇਸ ਲਈ ਕਵੀ ਜੀ ਕਹਿੰਦੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇਵਨ ਦੇਵ ਜਿਹੜੇ ਦੁਨੀਆਂ ਤੇ ਦੇਵਤੇ ਮੰਨੇ ਜਾਂਦੇ 33 ਕਰੋੜ ਦੇਵਤੇ ਹੈ ਚਾਹੇ ਉਹ ਬ੍ਰਹਮਪੁਰੀ ਵਿੱਚ ਹੈ ਚਾਹੇ ਉਹ ਵਿਸ਼ਨਪੁਰੀ ਵਿੱਚ ਹੈ ਚਾਹੇ ਇੰਦਰ ਦੀ ਪੁਰੀ ਦੇ ਵਿੱਚ ਹੈ ਉਹਨਾਂ ਸਾਰਿਆਂ ਦੇ ਵੀ ਅੱਗੇ ਦੇਵਤਾ ਰੂਪ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਉਹ ਕਹਿੰਦੇ ਨੇ ਉਹਨਾਂ ਦੇ ਚਰਨਾਂ ਨੂੰ ਸੇਵੋ ਸਿਮਰੋ ਤੇ ਯਾਦ ਕਰੋ। ਜਾਹਰ ਪੀਰ ਗੁਰੂ ਜਗ ਬਾਬਾ। ਉਹ ਕਹਿੰਦੇ ਸਾਡੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਪ੍ਰਗਟ ਰੂਪ ਦੇ ਵਿੱਚ ਪੀਰ ਮੁਸਲਮਾਨਾਂ ਦੇ ਵਾਸਤੇ ਪੀਰ ਹਿੰਦੂਆਂ ਦੇ ਵਾਸਤੇ ਗੁਰੂ ਤੇ ਸਿੱਖਾਂ ਦੇ ਵਾਸਤੇ ਸਾਡੇ ਬਾਬਾ ਜੀ ਹਨ। ਮਤ ਮੰਦ ਭਏ ਕਲ ਮੈਂ ਨਰ ਰੰਕ। ਇਹ ਕਲਯੁਗ ਦੇ ਸਮੇਂ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਮੰਦੀ ਮਤ ਵਾਲੇ ਲੋਕ ਹੋ ਗਏ ਹਨ। ਦਇਓ ਹਰਨਾਮ ਤਿਨੈ ਮਨ ਮਾਣਕ। ਉਹਨਾਂ ਨੂੰ ਪਰਮੇਸ਼ਰ ਦਾ ਨਾਮ ਦੇ ਕੇ ਤੇ ਜਿਨ੍ਹਾਂ ਨੇ ਨਾਮ ਜਪ ਲਿਆ ਉਹਨਾਂ ਦਾ ਮਨ ਜਿਹੜਾ ਮਾਣਕ ਵਰਗਾ ਮੋਤੀ ਵਰਗਾ ਬਣ ਗਿਆ ਹੈ। ਮਨ ਮਾਣ ਤਜੇ ਸਿਮਰੇ ਜੇ ਸਦਾ। ਜਿਹੜਾ ਸਤਿਗੁਰੂ ਦਾ ਬਖਸ਼ਿਆ ਹੋਇਆ ਵਾਹਿਗੁਰੂ ਨਾਮ ਸਿਮਰੇਗਾ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਮਹਾਰਾਜ ਜੀ ਕਹਿੰਦੇ ਨੇ ਉਹ ਫਿਰ ਤਨ ਮਾਣ ਤਜੈ ਉਹ ਆਪਣਾ ਮਾਣ ਹੰਕਾਰ ਛੱਡੇਗਾ। ਪ੍ਰਗਟੇ ਘਟ ਅੰਤਰ ਗਿਆਨ ਅਚਾਨਕ। ਜਦੋਂ ਜਪਦਾ ਰਹੇਗਾ ਜਪਦਾ ਰਹੇਗਾ ਪਹਿਲਾਂ ਉਹਦੇ ਬਾਕੀ ਮਸਲੇ ਹੱਲ ਹੋਣਗੇ। ਪਹਿਲਾਂ ਆਪਣੀਆਂ ਬੜੀਆਂ ਡਿਮਾਂਡ ਹੁੰਦੀਆਂ ਸੂਚੀ ਬਹੁਤ ਲੰਬੀ ਹੈ ਜਿਹੜੀ ਪੇਸ਼ ਕੀਤੀ ਹੁੰਦੀ ਹਰ ਇਨਸਾਨ ਨੇ ਪਰਮਾਤਮਾ ਦੇ ਅੱਗੇ ਤੋ ਜੇ ਜਪਦਾ ਜਾਏਗਾ ਬਹੁਤ ਜਿਹੜਾ ਹੈ ਲੰਬੇ ਸਮੇਂ ਤੱਕ ਪਹਿਲਾਂ ਉਹ ਜਿਹੜੀਆਂ ਸੂਚੀ ਹੈ ਉਹ ਜਿਹੜੀ ਕੰਪਲੀਟ ਹੋਏਗੀ ਜਿਹੜੀਆਂ ਸਾਡੇ ਨੁਕਸਾਨ ਵਾਲੀਆਂ ਸਾਡੀਆਂ ਡਿਮਾਂਡਸ ਨੇ ਉਹ ਮਹਾਰਾਜ ਸਾਨੂੰ ਸਮਝਾ ਦੇਣਗੇ ਵੀ ਇਹਨਾਂ ਦਾ ਖਹਿੜਾ ਛੱਡ ਦੇ ਇਹਨਾਂ ਨੇ ਤੇਰਾ ਬੁਰਾ ਕਰਨਾ ਹੈ। ਕੁਝ ਜਿਹੜੀਆਂ ਪੂਰੀਆਂ ਹੋਣ ਵਾਲੀਆਂ ਉਹ ਪੂਰੀਆਂ ਕਰ ਦੇਣਗੇ। ਫਿਰ ਜਦੋਂ ਵਾਹਿਗੁਰੂ ਜੀ ਦੀ ਜਿਹੜੀ ਹੈ ਪਾਵਰ ਪ੍ਰਗਟ ਹੋਏਗੀ ਪਿੱਛੋਂ ਜਦੋਂ ਸਾਡੀ ਕੋਈ ਮੰਗ ਨਹੀਂ ਰਹਿ ਜਾਏਗੀ ਤੇ ਫਿਰ ਕੀ ਹੋਏਗਾ ਕਿ ਪ੍ਰਗਟੇ ਘਟ ਅੰਤਰ ਗਿਆਨ ਅਚਾਨਕ ਫਿਰ ਹਿਰਦੇ ਦੇ ਵਿੱਚ ਅਚਾਨਕ ਹੀ ਅੰਦਰ ਦਾ ਗਿਆਨ ਪ੍ਰਗਟ ਹੋ ਜਾਏਗਾ। ਲਾਹਕੂਰ ਪਦਾਰਥ ਕੇ ਤਜ ਸਵਾਰਥ। ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਹੌਲੀ ਹੌਲੀ ਸਾਧਕ ਪੁਰਸ਼ ਨੂੰ ਸਤਸੰਗੀ ਪੁਰਸ਼ ਨੂੰ ਇਹ ਪਤਾ ਵੀ ਲੱਗਦਾ ਜਾਂਦਾ ਹੈ ਵੀ ਇਹ ਜਗਤ ਦੇ ਕੂੜੇ ਪਦਾਰਥ ਹਨ ਝੂਠੇ ਪਦਾਰਥ ਹਨ
ਐਨੀ ਕੀਮਤੀ ਚੀਜ਼ ਪਰਮੇਸ਼ੁਰ ਦੀ ਭਗਤੀ ਦੇ ਕੇ ਉਹਦੇ ਬਦਲੇ ਆ ਝੂਠੇ ਪਦਾਰਥ ਹੀ ਖਰੀਦੀ ਜਾਣੇ ਨੇ ਜਿਨ੍ਹਾਂ ਦਾ ਕੋਈ ਸਾਨੂੰ ਫਾਇਦਾ ਨਹੀਂ ਮਿਲਣਾ। ਪਾਤਸ਼ਾਹ ਕਹਿੰਦੇ ਫਿਰ ਉਹ ਸਾਧਕ ਪੁਰਸ਼, ਉਹ ਸਤਸੰਗੀ ਜਗਿਆਸੂ ਪੁਰਸ਼ ਜਿਹੜਾ ਬਹੁਤ ਸਾਰੀਆਂ ਆਪਣੀਆਂ ਇੱਛਾਵਾਂ ਵੈਸੇ ਵੀ ਛੱਡ ਦਿੰਦਾ ਹੈ। ਪਰਮਾਰਥ ਮੈਂ ਦੁੱਖ ਹਾਨਕ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੇਰੇ ਪਰਮਾਰਥ ਦੇ ਰਸਤੇ ਦੇ ਵਿੱਚ ਇਹ ਹਾਨੀਕਾਰਕ ਹਨ। ਕੁਝ ਐਸੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਰੱਬ ਨੂੰ ਮਿਲਣ ਦੇ ਲਈ ਵਿੱਚ ਰੁਕਾਵਟ ਹੁੰਦੀਆਂ ਨੇ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜੀਆਂ ਮੈਂ ਮੰਗ ਰਿਹਾ ਬੜਿਆਂ ਸਾਲਾਂ ਤੋਂ, ਇਹਨਾਂ ਦਾ ਨਾ ਮੈਨੂੰ ਕੋਈ ਲਾਭ ਮਿਲਣਾ, ਉਲਟਾ ਰੱਬ ਨੂੰ ਮਿਲਣ ਦੇ ਵਿੱਚ ਇਹਨਾਂ ਦੀ ਰੁਕਾਵਟ ਪੈਣੀ ਹੈ। ਗੁਣ ਬ੍ਰਿੰਦ ਗਹੀਰਾ ਸਰੀਰ ਧਰਿਓ ਬਰ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਭਲਾ ਕਰਨ ਵਾਸਤੇ ਮਨੁੱਖਤਾ ਦਾ, ਅਤੇ ਜਿਹੜੇ ਬਹੁਤ ਸਾਰਿਆਂ ਗੁਣਾਂ ਦੇ ਨਾਲ ਭਰਪੂਰ ਗਹੀਰ ਹਨ, ਗਹਿਰੇ ਹਨ, ਐਸੇ ਸਤਿਗੁਰੂ ਮਹਾਰਾਜ ਜੀ ਨੇ ਪਵਿੱਤਰ ਸਰੀਰ ਧਾਰਿਆ। ਯਾਹਰ ਪੀਰ ਗੁਰੂ ਜਗ ਨਾਨਕ, ਫਿਰ ਪਦ ਨੂੰ ਪੂਰਾ ਕਰਦੇ ਹੋਏ ਕਵੀ ਜੀ ਫਿਰ ਲਿਖਦੇ ਕਿ ਯਾਹਰ ਪੀਰ ਗੁਰੂ ਬਾਬਾ ਨਾਨਕ, ਕਿ ਸਾਡੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਐਸਾ ਕੀਤਾ ਕਿ ਗੜ੍ਹ ਬਗਦਾਦ ਨਵਾਏ ਕਿ ਮੱਕਾ ਮਦੀਨਾ ਸਭੈ ਨਵਾਇਆ, ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ, ਸਾਰਿਆਂ ਨੂੰ ਜਦੋਂ ਜਾ ਕੇ ਉਪਦੇਸ਼ ਦਿੱਤਾ ਅਤੇ ਸਾਰਿਆਂ ਨੇ ਆਪਣੀ ਆਪਣੀ ਭਾਸ਼ਾ ਲੈਂਗੁਏਜ ਦੇ ਦੁਆਰਾ ਸਤਿਗੁਰਾਂ ਨੂੰ ਜਦੋਂ ਮੱਥਾ ਟੇਕਿਆ ਹੈ ਅਤੇ ਫਿਰ ਇਕਨਾਂ ਨੇ ਆਖਿਆ ਸਾਡਾ ਪੀਰ ਹੈ, ਇਕਨਾਂ ਨੇ ਆਖਿਆ ਸਾਡਾ ਗੁਰੂ ਹੈ, ਸਿੱਖਾਂ ਨੇ ਆਖਿਆ ਸਾਡੇ ਬਾਬਾ ਜੀ ਬਾਬਾ ਨਾਨਕ ਸਾਹਿਬ ਜੀ ਹਨ। ਜਦੋਂ ਆਪਾਂ ਤਿੱਬਤ ਵਾਲੇ ਪਾਸੇ ਜਾਈਏ ਉੱਥੇ ਕੁਝ ਯਾਦਗਾਰਾਂ ਜਿਹੜੀਆਂ ਨੇ ਉਹਨਾਂ ਨੇ ਬਣਾਈਆਂ ਨੇ, ਉਹ ਕਹਿੰਦੇ ਸ਼੍ਰੀ ਨਾਨਕ ਲਾਮਾ ਜੀ ਇੱਥੇ ਆਏ ਸੀਗੇ, ਇਹ ਉਹਨਾਂ ਦੀ ਯਾਦ ਹੈ। ਇਸ ਤਰ੍ਹਾਂ ਆਪਣੇ ਆਪਣੇ ਸਤਿਕਾਰਤ ਸ਼ਬਦਾਂ ਦੇ ਨਾਲ ਸਾਡੇ ਸਤਿਗੁਰੂ ਜੀ ਨੂੰ ਗਾਵਿਆ ਜਾਂਦਾ ਹੈ। ਗਾਉ ਪਏ ਸ਼੍ਰੀ ਕਰਤਾਰ ਪੁਰਖ ਦੁੱਖ ਗੰਜਨ, ਅੱਗਿਓਂ ਅਧਿਆਏ ਦੇ ਇਹ ਪਹਿਲਾਂ ਮੰਗਲਾ ਚਰਨੀ ਸੀਗੇ ਸਾਰੇ, ਅੱਗਿਓਂ ਅਧਿਆਏ ਸ਼ੁਰੂ ਕਰਦੇ ਨੇ ਕਿ ਕਰਤਾ ਪੁਰਖ ਪਰਮੇਸ਼ਰ ਜੀ ਜਿਹੜੇ ਦੁੱਖਾਂ ਨੂੰ ਭੰਨ ਦੇਣ ਵਾਲੇ ਹਨ। ਭਗਤਨ ਕੇਰ ਸਦਾ ਮਨ ਰੰਜਨ, ਆਪਣਿਆਂ ਭਗਤਾਂ ਦੇ ਮਨ ਨੂੰ ਸਦਾ ਹੀ ਖੁਸ਼ੀਆਂ ਬਖਸ਼ਣ ਵਾਲੇ ਹਨ ਜੋ ਪ੍ਰਭੂ ਜੀ ਤੇ ਵਿਦਾ ਹੋਏ ਹਟ ਆਏ। ਅਕਾਲ ਪੁਰਖ ਜੀ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਵਿਦਾ ਹੋ ਕੇ ਫਿਰ ਆ ਗਏ ਮਾਤ ਲੋਕ ਵੱਲ ਨੂੰ। ਜਗਤ ਗੁਰੂ ਸਿੱਖਨ ਸੁਖਦਾਏ, ਸਾਰੇ ਜਗਤ ਦੇ ਵੈਸੇ ਗੁਰੂ ਨੇ ਪਰ ਜਿਹੜਾ ਉਹਨਾਂ ਦਾ ਸਿੱਖ ਬਣ ਜਾਂਦਾ ਉਹਨੂੰ ਬਹੁਤਾ ਸੁਖ ਦਿੰਦੇ ਹਨ। ਸ੍ਰੀ ਅੰਗਦ ਸੁਣੀਏ ਇਤਿਹਾਸ, ਭਾਈ ਬਾਲਾ ਸਾਹਿਬ ਜੀ ਖਡੂਰ ਸਾਹਿਬ ਵਿੱਚ ਇਤਿਹਾਸ ਲਿਖਵਾ ਰਹੇ, ਕਹਿੰਦੇ ਧੰਨ ਧੰਨ ਗੁਰੂ ਅੰਗਦ ਸਾਹਿਬ ਜੀ ਇਤਿਹਾਸ ਸੁਣੋ ਜੀ। ਅਮਰੇ ਟਿਗਿਆਏ ਸੁਖ ਰਸ, ਸੁਖਾਂ ਦੀ ਰਾਸ ਗੁਰੂ ਨਾਨਕ ਸਾਹਿਬ ਜੀ ਪਰਿਪੂਰਨ ਪਰਮੇਸ਼ਰ ਜੀ ਨੂੰ ਮਿਲ ਕੇ ਤੇ ਭਾਈ ਬਾਲਾ ਜੀ ਕਹਿੰਦੇ ਸਾਡੇ ਕੋਲ ਆਏ। ਧਰੁਵ ਮੰਡਲ ਜੋ ਹੋਤੋ ਸੁਹਾਵਾ, ਉਹ ਕਹਿੰਦੇ ਨੇ ਕਿ ਜਿੱਥੇ ਜੇ ਅਸੀਂ ਮਹਾਰਾਜ ਪਾਤਸ਼ਾਹ ਜੀ ਤੋਂ ਪਿੱਛੇ ਰੁਕ ਗਏ ਸੀਗੇ ਉੱਥੋਂ ਸਾਨੂੰ ਜਿਹੜਾ ਉਹ ਨਾਲ ਲੈ ਕੇ ਸੱਚੇ ਸਤਿਗੁਰੂ ਮਹਾਰਾਜ ਜੀ ਉੱਥੋਂ ਚੱਲ ਕੇ ਤੇ ਫਿਰ ਥੱਲੇ ਨੂੰ ਜਿਹੜੇ ਆ ਇਸ ਪ੍ਰਕਾਰ ਜਿਹੜੇ ਹਨ ਉਹ ਉਤਰੇ ਹਨ ਗਰੀਬ ਨਵਾਜ ਪਾਤਸ਼ਾਹ ਜੀ ਤੇ ਹਮਕੋ ਸੰਗ ਰਲਾਵਾ, ਉੱਥੋਂ ਨਾਲ ਰਲਾ ਲਿਆ ਹੈ ਭਾਈ ਬਾਲਾ ਤੇ ਮਰਦਾਨਾ ਜੀ ਨੂੰ ਸੱਚੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ। ਤਕਦੂਰ ਤਬ ਹੀ ਚੱਲ ਆਏ, ਜਦੋਂ ਉੱਥੋਂ ਉਤਰਦੇ ਉਤਰਦੇ ਕਿਤਨੀ ਕੁ ਦੂਰ ਚੱਲ ਆਏ ਹਨ। ਮਰਦਾਨੇ ਤਬ ਬਹਿਣ ਲਾਏ, ਭਾਈ ਮਰਦਾਨਾ ਜੀ ਮਹਾਂਪੁਰਖ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਕੇ ਪੁੱਛਿਆ ਤੇ ਨਭ ਚਰ ਹੈ ਨਭ ਮਾਹੀ, ਮਹਾਰਾਜ ਪਾਤਸ਼ਾਹ ਜੀ ਇਹ ਆਕਾਸ਼ ਦੇ ਵਿੱਚ ਰਹਿਣ ਵਾਲੇ ਜਿਹੜੇ ਹਨ ਉਹ ਕਿਤਨੇ ਕੁ ਜੀ ਹਨ। ਧਰੁਵ ਮੰਡਲ ਸਭ ਤੇ ਉਰਤਾਹੀ, ਇਹ ਜਿਹੜਾ ਮਹਾਰਾਜ ਪਾਤਸ਼ਾਹ ਜੀ ਇਹਦਾ ਨਾਮ ਧਰੁਵ ਮੰਡਲ ਰੱਖਿਆ ਹੋਇਆ ਇਹ ਤਾਂ ਸਭ ਤੋਂ ਉੱਪਰ ਹੈ, ਧਰੁਵ ਦਾ ਅਰਥ ਧੁਰਾ ਵੀ ਹੋਇਆ ਕਰਦਾ ਹੈ, ਤੋ ਉਹਦਾ ਨਾਮ ਜਿਹੜਾ ਧਰੁਵ ਮੰਡਲ ਮਹਾਰਾਜ ਪਾਤਸ਼ਾਹ ਜੀ ਰੱਖਿਆ ਹੋਇਆ ਇਹ ਸਭ ਤੋਂ ਉੱਪਰ ਹੈ। ਭੂਤਲ ਤੇ ਉਰਦ ਹੈ ਜੇਤੋ, ਇਹ ਮਹਾਰਾਜ ਜੀ ਮੈਦਾਨੀ ਇਲਾਕਿਆਂ ਤੋਂ ਜਿਤਨੀ ਇਸ ਦੀ ਉਚਾਈ ਹੈ। ਮੁਝੇ ਬਤਾਵੋ ਸ਼੍ਰੀ ਪ੍ਰਭ ਤੇ ਤੋ, ਸ਼੍ਰੀ ਪ੍ਰਭੂ ਜੀ ਮੈਨੂੰ ਉਹ ਸਾਰਾ ਜਿਹੜਾ ਹੈ ਦੱਸੋ ਹਾਂ ਕਿਰਪਾ ਕਰਕੇ। ਹਮਸੇ ਅਲਪਨ ਕੋ ਇਹ ਥਾਨ, ਸਾਡੇ ਵਰਗੇ ਨਿਮਾਣਿਆਂ ਨੂੰ ਮਹਾਰਾਜ ਇਹ ਜਿਹੜੇ ਉੱਚੇ ਉੱਚੇ ਅਸਥਾਨ ਹਨ। ਤੋਂ ਬਿਨ ਕੌਣ ਦਿਖਾਏ ਮਹਾਨ, ਤੁਹਾਡੇ ਤੋਂ ਬਿਨਾਂ ਮਹਾਰਾਜ ਪਾਤਸ਼ਾਹ ਜੀ ਇਹ ਸਾਨੂੰ ਕਿੰਨੇ ਦਿਖਾਲਣੇ ਸਨ, ਕਿੰਨੇ ਸਾਨੂੰ ਸੈਰ ਕਰਵਾਉਣੀ ਸੀ। ਸ੍ਰੀ ਗੁਰ ਕਹੇ ਸੁਣੋ ਮਰਦਾਨੇ, ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਇਹ ਭਾਈ ਮਰਦਾਨਿਆਂ ਸੁਣਨਾ ਕਰ ਭਾਈ। ਧਰੁਵ
ਮੰਡਲ ਜੇ ਤੋ ਕਪਰ ਮਾਨੇ। ਇਹ ਜਿਹੜਾ ਧਰੁਵ ਮੰਡਲ ਹੈ ਜਿਤਨਾ ਉੱਚਾ ਹੈ ਇਹ ਸੁਣਨਾ ਕਰ। 39 ਲੱਖ ਯੋਜਨ ਉੱਚਾ, 39 ਲੱਖ ਯੋਜਨ ਇਹ ਉੱਚਾ ਹੈ ਮੈਦਾਨੀ ਇਲਾਕਿਆਂ ਦੇ ਨਾਲੋਂ। ਇਸ ਕੀ ਸਰਬਰ ਕੋ ਨਾ ਪਹੁੰਚਾ, ਇਹਦੇ ਬਰਾਬਰ ਕੋਈ ਨਹੀਂ ਪਹੁੰਚਿਆ ਹੈ। ਪ੍ਰਭ ਜੀ ਮੁਝਕ ਔਰ ਬਤਾਵੋ, ਬੇਨਤੀ ਕਰਦੇ ਮਰਦਾਨਾ ਜੀ ਮਹਾਰਾਜ ਜੀ ਮੇਰੀ ਇੱਕ ਹੋਰ ਬੇਨਤੀ ਹੈ ਜੀ। ਲਖ ਅਜਾਣ ਨਹਿ ਮਨ ਖੁਨ ਸਾਹਿਬ, ਮਹਾਰਾਜ ਜੀ ਮੈਂ ਪੁੱਛੀ ਜਾ ਰਿਹਾ ਤੇ ਮੈਨੂੰ ਅਣਜਾਣ ਜਿਹਾ ਸਮਝ ਕੇ ਮਹਾਰਾਜ ਜੀ ਮੈਨੂੰ ਗੁੱਸੇ ਨਾ ਹੋਇਓ, ਖੁਣਸਾਇਓ ਨਾ ਕਿਤੇ। ਧਰੁਵ ਮੰਡਲ ਤੇ ਗਏ ਅਗਾਰੀ, ਮਹਾਰਾਜ ਜੀ ਜਦੋਂ ਸਾਨੂੰ ਤੁਸੀਂ ਛੱਡ ਕੇ ਤੇ ਅੱਗੇ ਗਏ ਸੀਗੇ ਸੱਚਖੰਡ ਵੱਲ ਨੂੰ, ਕੇਤੀ ਦੂਰ ਕਹੋ ਸੁਖਕਾਰੀ, ਇਹ ਸੁਖਾਂ ਦੇ ਦਾਤੇ ਪਾਤਸ਼ਾਹ ਜੀ ਕਿਤਨਾ ਕੁ ਦੂਰ ਜਾਏ ਫਿਰ ਤੁਸੀਂ ਓਨੇ ਟਾਈਮ ਦੇ ਵਿੱਚ। ਪ੍ਰਮਾਨ ਸੋ ਸੁਣ ਮਰਦਾਨੇ, ਸਤਿਗੁਰਾਂ ਨੇ ਫਰਮਾਇਆ ਭਾਈ ਮਰਦਾਨਿਆਂ ਕੋਈ ਅੰਦਾਜ਼ਾ ਨਹੀਂ ਹੈ ਉਸ ਪੈਂਡੇ ਦਾ, ਇਹ ਕੀ ਗਿਣਤੀ ਹੋਏ ਨਾ ਬਖਾਨੇ, ਉਹ ਜਿਹੜਾ ਸਫ਼ਰ ਅਸੀਂ ਕਰਕੇ ਆਏ ਹਾਂ ਨਾ ਉਹਦੀ ਗਿਣਤੀ ਵਖਿਆਨ ਨਹੀਂ ਕੀਤੀ ਜਾ ਸਕਦੀ। ਨਾਮ ਅਨੰਤ ਅਲੇਖ ਅਪਾਰਾ, ਜਿਸ ਪਰਮੇਸ਼ਰ ਦਾ ਨਾਮ ਹੀ ਅਲੇਖ ਹੈ ਤੇ ਅਲੇਖ ਹੁੰਦਾ ਜਿਹੜਾ ਲੇਖੇ ਵਿੱਚ ਨਾ ਆ ਸਕੇ, ਲਿਖਣ ਵਿੱਚ ਨਾ ਆ ਸਕੇ। ਤੇ ਪਾਤਸ਼ਾਹ ਨੇ ਫਰਮਾਇਆ ਵੀ ਅਨੰਤ ਉਹ ਬੇਅੰਤ ਹੈ, ਅਪਾਰਾ ਉਹ ਪਾਰਾਵਾਰ ਤੋਂ ਰਹਿਤ ਹੈ ਜਿਸ ਦਾ ਨਾਮ ਹੀ, ਇਸ ਲਈ ਉਹਦੇ ਕੋਲ ਪਹੁੰਚਣ ਦਾ ਜਿਹੜਾ ਰਸਤਾ ਹੈ ਉਹ ਵੀ ਅਲੇਖ ਅਪਾਰਾ ਤੇ ਅਨੰਤ ਹੈ, ਬੇਅੰਤ ਹੈ। ਬ੍ਰਹਮ ਆਦਿਕ ਇਉਂ ਕਰਤੇ ਉਚਾਰ, ਜਿਹੜੇ ਬ੍ਰਹਮਾ ਆਦਿਕ ਦੇਵਤੇ ਹੋਏ ਨੇ ਜਿਨ੍ਹਾਂ ਨੇ ਬੜੀ ਬੜੀ ਲੰਬੀ ਤਪੱਸਿਆ ਕੀਤੀ ਹੈ ਉਹ ਵੀ ਏਦਾਂ ਹੀ ਉਚਾਰਨ ਕਰਦੇ ਨੇ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਨਾ, ਸੰਤ ਸੰਗਤ ਰਾਮ ਹਿਰਦੈ ਬਸਾਈ। ਮਾਂ ਪਾਤਸ਼ਾਹ ਹੀ ਫਰਮਾਉਂਦੇ ਆ ਕਿ ਉਹ ਵੀ ਜਿਹੜੇ ਨੇ ਵੱਡੇ ਵੱਡੇ ਤਪੱਸਵੀ ਤੇ ਰਿਖੀ ਵੀ ਹੋਏ ਉਹਨਾਂ ਨੇ ਵੀ ਹੇ ਮਾਲਕ ਜੀ ਤੇਰਾ ਅੰਤ ਨਹੀਂ ਪਾਇਆ। ਦਇਆ ਧਾਰ ਦਿਖ ਰਾਵ ਹੋ ਜੇਤੋ, ਧੰਨ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਭਾਈ ਮਰਦਾਨਿਆ ਏ ਤੇ ਉਸ ਮਾਲਕ ਦੀ ਦਇਆ ਦੇ ਉੱਤੇ ਨਿਰਭਰ ਕਰਦਾ ਹੈ, ਜਿਸ ਨੂੰ ਜਿਤਨੀ ਦਇਆ ਕਰਕੇ ਉਹ ਅਕਾਲ ਪੁਰਖ ਜਿੱਥੋਂ ਤੱਕ ਦਿਖਾਲ ਦੇਵੇ। ਕਰਿਓ ਜੰਤ ਦੇਖਤ ਹੈ ਤੇ ਤੋ, ਇਹ ਰੱਬ ਦਾ ਹੀ ਕਰਿਆ ਹੋਇਆ ਜੰਤ ਬਣਾਇਆ ਹੋਇਆ ਇਹ ਜੀਵ ਇਨਸਾਨ ਉੱਥੋਂ ਤੱਕ ਦੇਖ ਸਕਦਾ ਜਿੱਥੋਂ ਤੱਕ ਮਾਲਕ ਇਸ ਨੂੰ ਦਿਖਾਵੇ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬਗਦਾਦ ਦੇ ਵਿੱਚ ਕੀਰਤਨ ਕੀਤਾ ਸੀ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਉੱਥੇ ਪੀਰ ਨੇ ਜਿਹੜਾ ਆ ਕੇ ਝਗੜਾ ਕੀਤਾ ਸੀਗਾ ਉਹ ਝਗੜਾ ਇਸੇ ਗੱਲ ਦਾ ਸੀ। ਉਹ ਕਹਿੰਦਾ ਸੀ ਸਾਡੇ ਪੈਗੰਬਰ ਸਾਹਿਬ ਨੇ, ਉਹਨੇ ਲਿਖਿਆ ਹੈ ਕਿ 7 ਤਬਕ ਜਿਹੜੇ ਉੱਪਰ ਨੇ ਤੇ 7 ਥੱਲੇ ਨੇ, ਉਹ ਟੋਟਲ ਜਿਹੜੇ ਉਹ 14 ਹੀ ਹਨ, ਕਿ 7 ਜਿਹੜੀਆਂ ਧਰਤੀਆਂ ਉੱਪਰ ਵੱਲ ਨੇ ਤੇ 7 ਜਿਹੜੀਆਂ ਪਤਾਲ ਵੱਲ ਨੂੰ ਨੇ। ਇਸ ਕਰਕੇ ਤੁਸੀਂ ਫਕੀਰਾਂ ਨੇ ਆ ਕੇ ਇੱਥੇ ਲੱਖ ਪਤਾਲ ਤੇ ਲੱਖਾਂ ਆਕਾਸ਼ ਜਿਹੜੇ ਉਹ ਗਾਏ ਹੈ, ਇਸ ਵਾਸਤੇ ਤੁਸੀਂ ਕੁਫਰ ਤੋਲਿਆ ਹੈ। ਆਪਣਿਆਂ ਸੇਵਕਾਂ ਨੂੰ ਆਖ ਕੇ ਤੇ ਸੰਗ ਸਾਰ ਕਰਵਾ ਦੇਣ ਲੱਗੇ ਸੀ। ਸੰਗ ਸਾਰ ਉੱਥੇ ਦੀ ਇੱਕ ਸਜ਼ਾ ਹੈ ਵੀ ਪੱਥਰਾਂ ਦੇ ਨਾਲ ਮਾਰ ਦਿਓ, ਪੱਥਰ ਮਾਰ ਮਾਰ ਕੇ। ਤੋ ਸਤਿਗੁਰੂ ਮਹਾਰਾਜ ਜੀ ਨੂੰ ਜਦੋਂ ਪੱਥਰ ਮਾਰਨ ਆਏ ਤਦੋਂ ਨੂੰ ਮਹਾਰਾਜ ਜੀ ਨੇ ਭੋਗ ਪਾਇਆ ਸ਼ਬਦ ਦਾ ਤੇ ਜੈਕਾਰਾ ਬੁਲਾਇਆ। ਜਦੋਂ ਹੀ ਜੈਕਾਰਾ ਬੁਲਾਇਆ ਤੇ ਉਹ ਮਨੁੱਖ ਜਿਹੜੇ ਸੀ ਜੜ ਰੂਪ ਹੋ ਗਏ ਉਨੇ ਟਾਈਮ ਦੇ ਵਾਸਤੇ। ਤਦੋਂ ਫਿਰ ਸੁੰਨ ਮੁੰਨ ਨਗਰੀ ਭਈ ਦੇਖ ਪੀਰ ਭਇਆ ਹੈ ਰਾਨਾ, ਜਿਹੜੇ ਪੀਰ ਨੇ ਉਹਨਾਂ ਨੂੰ ਭੇਜਿਆ ਸੀ ਪਿੱਛੋਂ ਸ਼ਕਤੀ ਵਾਲੇ ਨੇ, ਉਹ ਖੁਦ ਹੈਰਾਨ ਹੋ ਗਿਆ ਵੀ ਇਹ ਕੀ ਬਣ ਗਿਆ, ਸਾਰੇ ਚੁੱਪ ਚਾਨ ਹੋ ਗਈ ਹੈ। ਫਿਰ ਦੇਖਿਆ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ, ਮਸਤਾਨਾ ਦਾ ਇੱਥੇ ਅਰਥ ਹੈ ਵੀ ਜਿਹੜਾ ਬੰਦਗੀ ਦੇ ਵਿੱਚ ਰੰਗਿਆ ਹੋਵੇ, ਜਿਹਨੂੰ ਬੰਦਗੀ ਦਾ ਨਸ਼ਾ ਚੜ੍ਹ ਕੇ ਮਸਤ ਹੋਇਆ ਹੋਵੇ। ਉਹਨੇ ਦੇਖਿਆ ਵੀ ਇਹ ਇੱਕ ਪੀਰ ਆਇਆ, ਬਹੁਤ ਜ਼ਿਆਦਾ ਇਹਦੀ ਬੰਦਗੀ ਹੈ। ਤੋ ਲੰਬਾ ਪ੍ਰਸੰਗ ਹੈ। ਉਹ ਇਸ ਪ੍ਰਕਾਰ ਉਹਨੇ ਇਹ ਸਵਾਲ ਕੀਤਾ ਸੀ ਕਿ ਸਾਡੇ ਪੈਗੰਬਰ ਨੇ ਆਖਿਆ ਵੀ 14 ਹੀ ਤਬਕ ਨੇ, ਤੁਸੀਂ ਲੱਖ ਲੱਖ ਕਿਉਂ ਗਾਏ ਹੈ? ਮਹਾਰਾਜ ਜੀ ਕਹਿੰਦੇ ਸੀ ਦੇਖੋ ਝੂਠ ਤੁਸੀਂ ਵੀ ਨਹੀਂ ਬੋਲ ਰਹੇ, ਝੂਠ ਅਸੀਂ ਵੀ ਨਹੀਂ ਬੋਲ ਰਹੇ। ਤੁਹਾਡੇ ਪੀਰ ਨੂੰ ਮੁਹੰਮਦ ਸਾਹਿਬ ਨੂੰ ਅਕਾਲ ਪੁਰਖ ਨੇ ਓਨੇ ਹੀ ਦਿਖਾਲੇ ਹੈ ਤੇ ਉਹਨਾਂ ਨੇ ਓਨੇ ਜਿਹੜੇ ਉਹ ਵਰਣਨ ਕਰ ਦਿੱਤੇ ਹੈ। ਸਾਨੂੰ ਸਾਡੇ ਪਰਮੇਸ਼ਰ ਨੇ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼ ਦਿਖਾਏ ਹੈ ਤੇ ਅਸੀਂ ਜਿਹੜੇ ਆ ਓਨੇ ਵਰਣਨ ਕਰ ਦਿੱਤੇ ਹੈ। ਤੋ ਫਿਰ ਨਹੀਂ ਸੀ ਮੰਨਦਾ, ਫਿਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ, ਗਰੀਬ ਨਿਵਾਜ ਪਾਤਸ਼ਾਹ ਜੀ ਨੇ ਆਖਿਆ ਭਈ ਆਪਣੇ ਬੇਟੇ ਨੂੰ ਨਾਲ ਭੇਜ, ਉਹਨੂੰ ਦਿਖਾਲ ਕੇ ਲਿਆਉਂਦੇ ਹੈ। ਨਾਲ ਲੀਤਾ ਬੇਟਾ ਪੀਰ ਦਾ, ਅੱਖੀਂ ਮੀਟ ਗਿਆ ਹਵਾਈ। ਹਵਾਈ ਲਫ਼ਜ਼ ਜਿਹੜਾ ਹੈ, ਦੇਖੋ ਹਵਾਈ ਜਹਾਜ਼ ਜਿਹੜੇ ਆ ਇਹ 20ਵੀਂ ਸਦੀ ਦੇ ਵਿੱਚ ਹੀ ਬਣੇ ਆ, ਸ਼ਾਇਦ 1905 ਵਿੱਚ ਪਹਿਲਾ ਹਵਾਈ ਜਹਾਜ਼ ਬਣਿਆ ਸੀਗਾ ਤੇ ਆਪਾਂ ਲਫ਼ਜ਼ ਵਰਤਿਆ ਇੰਨੇ ਸਾਲਾਂ ਬਾਅਦ ਹਵਾਈ ਜਹਾਜ਼। ਤੇ ਫਿਰ ਭਾਈ ਗੁਰਦਾਸ ਜੀ ਨੇ ਇੰਨੀਆਂ ਸਦੀਆਂ ਪਹਿਲਾਂ ਹੀ ਲਫ਼ਜ਼ ਵਰਤ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਹਵਾਈ ਜਹਾਜ਼ ਦੀ ਤਰ੍ਹਾਂ ਉਹਨੂੰ ਆਕਾਸ਼ ਦੇ ਵਿੱਚ ਜਿਹੜੇ ਲੈ ਗਏ ਹੈ। ਸਤਿਗੁਰੂ ਮਹਾਰਾਜ ਜੀ ਨੇ ਨਾਲ ਲੀਤਾ ਬੇਟਾ ਪੀਰ ਦਾ,
ਅੱਖੀ ਮੀਟ ਗਿਆ ਹਵਾਈ, ਲੱਖ ਪਤਾਲ ਆਕਾਸ਼ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ। ਬਹੁਤ ਥੋੜੇ ਸਮੇਂ ਦੇ ਵਿੱਚ ਉਹ ਪਤਾਲ ਆਕਾਸ਼ ਜਿਹੜੇ ਉਹ ਦਿਖਾਲ ਦਿੱਤੇ ਹੈ। ਫਿਰ ਕੀ ਹੋਇਆ, ਭਰ ਕਚ ਕੌਲ ਪ੍ਰਸ਼ਾਦ ਦਾ, ਧੁਰੋਂ ਪਤਾਲੋਂ ਲਈ ਕੜਾਹੀ, ਕੜਾਹੀ ਨਾਮ ਹੈ ਕੜਾਹ ਪ੍ਰਸ਼ਾਦ ਦਾ। ਉਹ ਜਿਹੜਾ ਛੰਨਾ ਖੜਿਆ ਸੀ ਨਾਲ, ਥੋੜਾ ਥੋੜਾ ਪ੍ਰਸ਼ਾਦ ਲਿਆ ਬੜਿਆਂ ਗੁਰਦੁਆਰਿਆਂ ਦੇ ਵਿੱਚੋਂ, ਤੇ ਸਾਧ ਸਿੰਘ ਜੀ ਉਹ ਕਚਕੌਲ ਜਿਹੜਾ ਸੀ ਉਹ ਭਰ ਗਿਆ। ਉਹ ਜਦੋਂ ਸਾਰਾ ਭਰ ਗਿਆ ਤੇ ਫਿਰ ਉਹਨੂੰ ਪੁੱਛਿਆ ਵੀ ਹੋਰ ਦੇਖਣੀਆਂ ਇਹਨੇ ਪੁਰੀਆਂ? ਕਹਿੰਦਾ ਮਹਾਰਾਜ ਹੁਣ ਤੇ ਥੱਕ ਗਏ, ਵਾਪਸ ਚੱਲੀਏ। ਫਿਰ ਵਾਪਸ ਆਏ, ਪਾਤਸ਼ਾਹ ਨੇ ਆਖਿਆ ਵਰਤਾ ਹੁਣ ਇਹਨਾਂ ਨੂੰ ਪ੍ਰਸ਼ਾਦ। ਇਹ ਜਿਹੜਾ ਵਾਰਤਾਲਾਪ ਹੈ ਸਾਧ ਸਿੰਘ ਜੀ, ਬਗਦਾਦ ਦੇ ਵਿੱਚ ਹੋਇਆ ਤੇ ਭਾਈ ਗੁਰਦਾਸ ਸਾਹਿਬ ਨੇ ਜਿਹੜਾ ਉਹ ਲਿਖਿਆ ਹੈ। ਇਸ ਪ੍ਰਕਾਰ ਫਿਰ ਉਹ ਪੀਰ ਨੂੰ ਵੀ ਜਿਹੜਾ ਸੀ, ਦਸਤਗੀਰ ਪੀਰ ਨੂੰ ਵੀ ਮੰਨਣਾ ਪੈ ਗਿਆ। ਉੱਥੇ ਦੇ ਵਾਸੀਆਂ ਨੇ ਵੀ ਜਿਹੜਾ ਹੈ ਉਹ ਸਾਰਿਆਂ ਨੇ ਮੰਨਿਆ। ਤੇ ਇਸ ਪ੍ਰਕਾਰ ਇਹ ਜਿਹੜੇ ਨੇ ਪਾਤਸ਼ਾਹ ਜੀ ਫਰਮਾ ਰਹੇ ਮਰਦਾਨਿਆਂ, ਇਹ ਤਾਂ ਅਕਾਲ ਪੁਰਖ ਦਾ ਬਣਾਇਆ ਜੀਵ ਹੈ। ਅਕਾਲ ਪੁਰਖ ਜਿਸ ਨੂੰ ਜਿਤਨੀ ਕੁ ਦਇਆ ਕਰੇ ਉੱਥੋਂ ਤੱਕ ਦੇਖਣ ਦੀ ਸਮਰੱਥਾ ਜਿਹੜੀ ਦਿੰਦਾ। ਹੁਣ ਸਾਧ ਸਿੰਘ ਜੀ ਇਸ ਤੋਂ ਥੱਲੇ ਦਾ ਵੀ ਬੜਾ ਸਫ਼ਰ ਹੈ। ਥੱਲੇ ਵੀ ਸਤਿਗੁਰੂ ਦਾ ਗੁਰਦੁਆਰਾ ਵੀ ਵੱਡਭਾਗੀ ਪੁਰਖ ਨੂੰ ਦਿਸਦਾ ਹੈ। ਹਰੇਕ ਇਨਸਾਨ ਜਿਹੜਾ ਉਹ ਗੁਰਦੁਆਰੇ ਤਾਂ ਨਹੀਂ ਪਹੁੰਚਦਾ। ਇਸ ਲਈ ਜਿਹੜਾ ਗੁਰਦੁਆਰੇ ਦੀਆਂ ਦਲੀਜ਼ਾਂ ਹੀ ਨਹੀਂ ਲੰਘਦਾ, ਉਹਨੂੰ ਅੱਗੇ ਵੀ ਨਹੀਂ ਪਤਾ ਹੋਏਗਾ ਕਿ ਜਿੱਥੇ ਜੋੜੇ ਉਤਾਰ ਕੇ ਪ੍ਰਕਾਸ਼ ਜਿਹੜਾ ਉਹ ਕਿੰਨੀ ਦੂਰੀ ਦੇ ਉੱਤੇ ਹੈ, ਉੱਥੋਂ ਮਹਾਰਾਜ ਜੀ ਦਾ ਲੰਗਰ ਕਿਹੜੇ ਪਾਸੇ ਹੈ, ਉਹ ਭਾਈ ਜੀ ਜਿਹੜੇ ਹੈ ਉਹ ਕਿਵੇਂ ਕਿੰਨੇ ਟਾਈਮ 'ਤੇ ਕਥਾ ਕਰਦੇ, ਕਿੰਨੇ ਟਾਈਮ 'ਤੇ ਪਾਠ ਹੁੰਦਾ, ਇਹ ਉਹਨੂੰ ਹੀ ਪਤਾ ਹੋਏਗਾ ਨਾ ਜਿਹਨੂੰ ਸਤਿਗੁਰੂ ਨੇ ਸਤ ਸੰਗਤ ਦੀ ਦਾਤ ਬਖਸ਼ੀ ਹੈ। ਬਸ ਇਹੀ ਹਾਲਾਤ ਜਿਹੜੇ ਉਹ ਅਗਲੀਆਂ ਮੰਜ਼ਿਲਾਂ ਦੇ ਨੇ, ਜਿਹੜੀਆਂ ਉੱਚੀਆਂ ਮੰਜ਼ਿਲਾਂ ਨੇ। ਇਹ ਜਿਹੜਾ ਸੰਸਾਰਕ ਤਲ ਦੇ ਉੱਤੇ ਧਰਮ ਚੱਲ ਰਿਹਾ ਹੈ, ਇਹ ਵੀ ਤਾਂ ਜਿਹਦੇ 'ਤੇ ਕਿਰਪਾ ਹੋਵੇ ਮਾਲਕ ਦੀ, ਉਹਨੂੰ ਇਹਦਾ ਗਿਆਨ ਹੁੰਦਾ। ਦੂਜੇ ਦੇ ਵਾਸਤੇ ਹੈ ਹੀ ਕੁਛ ਨਹੀਂ ਹੈ। ਇੱਥੋਂ ਤੱਕ ਇਨਸਾਨ ਹੈਗੇ ਹੈ ਕਿ ਜਿਹੜੇ ਕਹਿੰਦੇ ਧਰਮ ਦੀ ਲੋੜ ਕੋਈ ਨਹੀਂ, ਇਹ ਤਾਂ ਬੋਝ ਹੈ ਦਿਮਾਗ ਦੇ ਉੱਤੇ, ਸਿਰ ਦੇ ਉੱਤੇ। ਇਸ ਵਾਸਤੇ ਮਾਲਕ ਜੀ ਕਹਿ ਰਹੇ ਹੈ ਕਿ ਜਿੰਨਾ ਜਿੰਨਾ ਕੋਈ ਅਕਾਲ ਪੁਰਖ ਕਿਸੇ 'ਤੇ ਕਿਰਪਾ ਕਰੇ, ਉਤਨਾ ਉਤਨਾ ਉਸਨੂੰ ਦਿਖਾਲ ਦਿੰਦਾ ਹੈ। ਓੜਕ ਕਹੂੰ ਨਾ ਪਾਇਓ ਕਾਹੂੰ, ਅਕਾਲ ਪੁਰਖ ਦਾ ਜਿਹੜਾ ਓੜਕ ਹੈ ਭਾਵ ਪਾਰਲਾ ਕਿਨਾਰਾ ਹੈ, ਉਹ ਨਹੀਂ ਕਿਸੇ ਨੇ ਅੱਜ ਤੱਕ ਪਾਇਆ। ਸਰਬ ਅਨੰਤ ਕਹੈ ਮਿਲ ਪਾਹੂ, ਜਿਹੜੇ ਉਹਨੂੰ ਮਿਲ ਵੀ ਪੈਂਦੇ ਹੈ, ਜਿਹੜੇ ਉਹਦੇ ਦਰਸ਼ਨ ਵੀ ਕਰ ਲੈਂਦੇ ਹੈ, ਉਹ ਵੀ ਉਹਨੂੰ ਅਨੰਤ ਹੀ ਆਖਦੇ ਨੇ, ਬੇਅੰਤ ਹੀ ਆਖਦੇ ਹਨ। ਧਨ ਧਨ ਭਾਖ ਹੈ ਮਰਦਾਨਾ, ਮਰਦਾਨਾ ਸਤਿਗੁਰਾਂ ਦੇ ਬਚਨ ਸੁਣ ਕੇ ਤੇ ਫਿਰ ਕਹਿੰਦਾ ਹੈ ਧੰਨ ਸਤਿਗੁਰੂ, ਧੰਨ ਸਤਿਗੁਰੂ ਕਰਦਾ ਹੈ। ਕਹਿਓ ਸਤ ਤੁਮ ਮਾਇਆ ਨਿਧਾਨਾ, ਕਹਿੰਦਾ ਹੈ ਹੇ ਮਾਇਆ ਨਿਧਾਨਾ, ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ, ਜੋ ਤੁਸਾਂ ਆਖਿਆ ਹੈ ਸਤ ਹੈ, ਸਤ ਹੈ। ਨਿਰੰਕਾਰ ਤੁਮ ਮਹਿ ਨਹਿ ਭੇਦਾ, ਅਕਾਲ ਪੁਰਖ ਵਿੱਚ ਤੇ ਤੁਹਾਡੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਕੋਈ ਅੰਤਰ ਨਹੀਂ, ਫਰਕ ਨਹੀਂ ਹੈ। ਕਾਰਨ ਕਰਨੂ ਅਕਾਲ ਅਸ਼ਦ, ਸਾਰਿਆਂ ਕਾਰਨਾਂ ਨੂੰ ਤੁਸੀਂ ਕਰਨ ਵਾਲੇ ਤੇ ਸਮੇਂ ਦੇ ਪ੍ਰਭਾਵ ਤੋਂ ਰਹਿਤ ਅਤੇ ਅਛੇਦ ਹੋ। ਅਬ ਭੂਤਲ ਕੋ ਆਪ ਪਧਾਰੇ, ਸਤਿਗੁਰੂ ਮਹਾਰਾਜ ਜੀ ਉਹ ਹੁਣ ਆਪਾਂ ਥੱਲੇ ਨੂੰ ਮੈਦਾਨੀ ਇਲਾਕਿਆਂ ਵੱਲ ਨੂੰ ਤੁਰ ਪਏ ਹਾਂ ਜੀ। ਕੌਣ ਦੇਸ਼ ਆਏ ਪੰਥ ਅਗਾਰੇ, ਕਿਹੜੇ ਕਿਹੜੇ ਮਹਾਰਾਜ ਜੀ ਇਲਾਕੇ ਹੁਣ ਅੱਗੇ ਆਉਣੇ ਹਨ ਜੀ, ਹੁਣ ਇਧਰਲੇ ਪਾਸੇ ਦੀਆਂ ਜਾਣਕਾਰੀਆਂ ਬਖਸ਼ੋ ਜੀ। ਤਕਦੇਰ ਮਹਿ ਚਲੋ ਗੁਸਾਈ, ਇਹ ਸੱਚੇ ਪਾਤਸ਼ਾਹ ਜੀ ਮਾਲਕ ਸਤਿਗੁਰੂ ਜੀ ਕਿਤਕਨੀ ਕੁ ਦੇਰ ਦੇ ਵਿੱਚ ਆਪਾਂ ਉਹਨਾਂ ਇਲਾਕਿਆਂ ਵਿੱਚ ਪਹੁੰਚਾਂਗੇ, ਨਾਲੇ ਉਹਨਾਂ ਦਾ ਨਾਮ ਦੱਸੋ, ਨਾਲੇ ਕਦੋਂ ਕੁ ਪਹੁੰਚਾਂਗੇ। ਸੁਣ ਕਰ ਸ਼੍ਰੀ ਗੁਰ ਗਿਰਾ ਅਲਾਈ, ਸੁਣ ਕੇ ਮਰਦਾਨਾ ਜੀ ਦੀ ਬੇਨਤੀ ਨੂੰ ਸਤਿਗੁਰਾਂ ਨੇ ਮੁੱਖ ਤੋਂ ਬਚਨ ਫਰਮਾਏ। ਦੋਹਰਾ ਸੂਰਤ ਬੰਦਰ ਆਵੇ ਨਟਕਾ ਚਪਟਾ ਫੇਰ, ਪਾਤਸ਼ਾਹ ਨੇ ਫਰਮਾਇਆ ਕਿ ਸੂਰਤ ਦੀ ਬੰਦਰਗਾਹ ਆਵੇਗੀ ਤੇ ਫਿਰ ਨਟਕਾ ਤੇ ਚਟਕਾ ਆਵੇਗਾ ਇਲਾਕਾ। ਮਛਲੀ ਬੰਦਰ ਜਾਏ ਪੁਨ ਸ਼ੀਗਰ ਕਰਾਏ ਨਾ ਦੇਰ, ਪਾਤਸ਼ਾਹ ਨੇ ਫਰਮਾਇਆ ਫਿਰ ਮਛਲੀ ਬੰਦਰ ਵੀ ਆਵੇਗਾ ਤੇ ਪਾਤਸ਼ਾਹ ਜੀ ਕਹਿੰਦੇ ਛੇਤੀ ਪਹੁੰਚ ਜਾਵਾਂਗੇ, ਹੁਣ ਕਾਹਦੀ ਦੇਰੀ ਲਾਉਣੀ ਹੈ। ਇਸ ਪ੍ਰਕਾਰ ਕੇ ਬਚਨ ਬਿਲਾਸਾ, ਇਸ ਤਰ੍ਹਾਂ ਦੇ ਬਚਨ ਬਿਲਾਸ ਚੱਲਦੇ ਸਨ ਉਸ ਵਕਤ। ਕਰਤ ਚਰਤ ਸਿੱਖਨ ਸੁਖ ਰਾਸਾ, ਸਿੱਖਾਂ ਨੂੰ ਸੁਖ ਬਖਸ਼ਣ ਵਾਲੇ ਪਾਤਸ਼ਾਹ ਇਸ ਤਰ੍ਹਾਂ ਦੇ ਕੌਤਕ ਤੇ ਚਮਤਕਾਰ ਕਰਦਿਆਂ ਆ ਰਹੇ ਸੀ। ਸ਼ੀਲਾ ਗਿਰ ਪਰ ਜਬ ਚੱਲ ਆਏ, ਜਦੋਂ ਸੱਚੇ ਸਤਿਗੁਰੂ ਮਹਾਰਾਜ ਜੀ ਸ਼ੀਲਾ ਗਿਰ ਨਾਮ ਪਹਾੜ ਤੇ ਆ ਗਏ, ਥੱਲੇ ਨੂੰ ਆ ਗਏ ਹਨ
ਸੁਮੇਰ ਪਰਬਤ ਤੋਂ ਮਰਦਾਨੇ ਤਬ ਬਹਿਣ ਹਲਾਏ ਇੱਥੇ ਕ ਪਹੁੰਚ ਕੇ ਫਿਰ ਮਰਦਾਨਾ ਸਾਹਿਬ ਜੀ ਨੇ ਬੇਨਤੀ ਕਰ ਦਿੱਤੀ ਇਸ ਪਰਬਤ ਸੁੰਦਰ ਕੇ ਮਾਹੀ ਮਹਾਰਾਜ ਜੀ ਇਹ ਕੁਦਰਤ ਦੀ ਰਚਾਈ ਰਚਨਾ ਦੇ ਵਿੱਚ ਇਸ ਸੋਹਣੇ ਪਰਬਤ ਦੇ ਵਿੱਚ ਰਹਿਤ ਸੰਤ ਕੈਦੋਂ ਕੇ ਨਾਹੀ ਕੋਈ ਇੱਥੇ ਵੀ ਤਪੱਸਵੀ ਸੰਤ ਪਰਮੇਸ਼ਰ ਦਾ ਪਿਆਰਾ ਰਹਿੰਦਾ ਹੈ ਕਿ ਜਾਂ ਨਹੀਂ ਰਹਿੰਦਾ ਹੈ ਬਸ ਪੰਖੀ ਕੋ ਨਜ਼ਰ ਨ ਆਵੇ ਮਹਾਰਾਜ ਜੀ ਇੱਥੇ ਕੋਈ ਪਸ਼ੂ ਤੇ ਕੋਈ ਪੰਛੀ ਜਿਹੜਾ ਉਹ ਤਾਂ ਨਜ਼ਰ ਵੈਸੇ ਆ ਨਹੀਂ ਰਿਹਾ ਸੁਣੋ ਸਭ ਇਸ ਥਾਨ ਦਿਖਾਵੇ ਸਾਰੇ ਇਸ ਸਥਾਨ ਦੇ ਉੱਤੇ ਸੁੰਜ ਹੀ ਪਈ ਹੋਈ ਹੈ ਕੋਈ ਹਰਨ ਕੋਈ ਪੰਛੀ ਇਸ ਤਰ੍ਹਾਂ ਦਾ ਤੇ ਨਜ਼ਰ ਨਹੀਂ ਕੋਈ ਆਉਂਦਾ ਲੇਕਿਨ ਕੋਈ ਰੱਬ ਦਾ ਪਿਆਰਾ ਕੋਈ ਤਪੱਸਵੀ ਕੋਈ ਭਗਤ ਇੱਥੇ ਰਹਿੰਦਾ ਕਿ ਨਹੀਂ ਰਹਿੰਦਾ ਸ੍ਰੀ ਗੁਰ ਕਹੇ ਸ਼ੁਦਾ ਤੋਹੇ ਲਾਗੀ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਕਿਉਂ ਕਿਵੇਂ ਪੁੱਛ ਰਿਹਾ ਹੈ ਭੁੱਖ ਲੱਗੀ ਹੈ ਮਰਦਾਨਿਆਂ ਕਿ ਜਾਂ ਕੋਈ ਹੋਰ ਕਾਰਨ ਹੈ ਕਿਉਂ ਕਰ ਬੂਝਤ ਹੈ ਵੱਡ ਭਾਗੇ ਇਹ ਵੱਡਿਆਂ ਭਾਗਾਂ ਵਾਲਿਆਂ ਮਰਦਾਨਿਆਂ ਕਿਉਂ ਕਰਕੇ ਪੁੱਛ ਰਿਹਾ ਹੈ ਇਹ ਗੱਲ ਇਸ ਗਿਰ ਪਰ ਨਰ ਰਹਿਤ ਨਕੋ ਪਾਤਸ਼ਾਹ ਜੀ ਨੇ ਕਿਹਾ ਵੀ ਇਸ ਪਹਾੜ ਤੇ ਸੀਲਾ ਗਿਰ ਦੇ ਉੱਪਰ ਤਾਂ ਕੋਈ ਤਪੱਸਵੀ ਕੋਈ ਸੰਤ ਨਹੀਂ ਰਹਿੰਦਾ ਅਗਲੋ ਥਲ ਅਵਲੋਕਤ ਜੋ ਲੇਕਿਨ ਇਸ ਤੋਂ ਅਗਲੇ ਸਥਾਨ ਤੇ ਜਦੋਂ ਆਪਾਂ ਜਾਣਾ ਹੈ ਤੇ ਪਰ ਰਹਿਤ ਰਿਖੀ ਸੁਰ ਪੂਰੰ ਉਸ ਪਰਬਤ ਦੇ ਉੱਤੇ ਜਿੱਥੇ ਇਸ ਤੋਂ ਥੱਲੇ ਅੱਗੇ ਆਪਾਂ ਜਾਣਾ ਹੈ ਉੱਥੇ ਕਾਫੀ ਸਾਰੇ ਰਿਖੀ ਰਹਿੰਦੇ ਹਨ ਭਗਤੀ ਕਰਦੇ ਹਨ ਪਰਵਰ ਬਹੁ ਲਾਗੇ ਫਲ ਰੂਰੰ ਉੱਥੇ ਬਹੁਤ ਸਾਰੇ ਫਲਦਾਰ ਦਰਖਤਾਂ ਵਾਲੇ ਫਲਦਾਰ ਦਰਖਤ ਜਿਹੜੇ ਨੇ ਉਹ ਲੱਗੇ ਹੋਏ ਹਨ ਜੇ ਕਰ ਤੋ ਮਨ ਮੈਂ ਹੋਏ ਚਾਹੀ ਜੇ ਮਰਦਾਨਿਆਂ ਤੇਰੇ ਮਨ ਦੇ ਵਿੱਚ ਇੱਛਾ ਹੋਵੇਗੀ ਤਾਂ ਕਰਤਾ ਫਲ ਲੀਜੈ ਖਾਹੇ ਉੱਥੇ ਆਪਾਂ ਹੁਣ ਪਹੁੰਚਣਾ ਹੈ ਤੇ ਉੱਥੋਂ ਫਿਰ ਦਰਖਤਾਂ ਨਾਲੋਂ ਤੋੜ ਕੇ ਫਲ ਛਕ ਲਵੀ ਜੇ ਪ੍ਰਭ ਸੁਣੀਏ ਸ਼ੁਧਾ ਨਾ ਕੋਈ ਭਾਈ ਮਰਦਾਨਾ ਸਾਹਿਬ ਜੀ ਕਹਿੰਦੇ ਸੱਚੇ ਸਤਿਗੁਰੂ ਜੀ ਮੇਰੀ ਬੇਨਤੀ ਸੁਣੋ ਹੁਣ ਨਹੀਂ ਮੈਨੂੰ ਭੁੱਖ ਲੱਗਦੀ ਕਦੇ ਵੀ ਜਬ ਕੋ ਵਰ ਦੇ ਘਰ ਤੁਮ ਖੋਏ ਜਦੋਂ ਦਾ ਸਤਿਗੁਰੂ ਜੀ ਤੁਸਾਂ ਵਰ ਬਖਸ਼ ਦਿੱਤਾ ਹੈ ਪਿੱਛੇ ਪ੍ਰਸੰਗ ਆਇਆ ਸੀ ਕਿ ਮਹਾਰਾਜ ਜੀ ਨੇ ਇਹਨੇ ਮਰਦਾਨਾ ਸਾਹਿਬ ਜੀ ਨੇ ਬੇਨਤੀ ਕੀਤੀ ਸੀ ਮਹਾਰਾਜ ਮੇਰੀ ਵੀ ਭੁੱਖ ਮਿਟਾ ਦਿਓ ਜਿਵੇਂ ਤੁਹਾਨੂੰ ਨਹੀਂ ਲੱਗਦੀ ਤੇ ਮਹਾਰਾਜ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ ਸੀਗਾ ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਉਦੋਂ ਦੀ ਭੁੱਖ ਨਹੀਂ ਲੱਗਦੀ ਮੈਨੂੰ ਰਹੋ ਆਨੰਦ ਸਦਾ ਉਰ ਮਾਹੀ ਮਹਾਰਾਜ ਪਾਤਸ਼ਾਹ ਜੀ ਮੈਂ ਹਿਰਦੇ ਵਿੱਚ ਆਨੰਦ ਦੇ ਸਹਿਤ ਰਹਿੰਦਾ ਹਾਂ ਮੈਨੂੰ ਭੁੱਖ ਤੰਗ ਨਹੀਂ ਕਰਦੀ ਹੈ ਹੁਣ ਚਾਹੇ ਹੋਤ ਕਬ ਨਾਹੀ ਮਹਾਰਾਜ ਪਾਤਸ਼ਾਹ ਜੀ ਚਾਹੇ ਛਕਿਆ ਜਾਏ ਕੁਝ ਤੇ ਚਾਹੇ ਨਾ ਛਕਿਆ ਜਾਏ ਕਹਿਤ ਸੁਣਤ ਤੇ ਗਿਰ ਪਰ ਆਏ ਇਸ ਤਰ੍ਹਾਂ ਬਚਨ ਬਿਲਾਸ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬਾਲਾ ਮਰਦਾਨਾ ਸਾਹਿਬ ਜੀ ਕਰਦੇ ਕਰਦੇ ਆ ਗਏ ਜਹਾਂ ਬਿੱਟ ਪਹਾੜ ਸਹਿਤ ਸੁਹਾਏ ਉਸ ਪਹਾੜ ਤੇ ਆ ਗਏ ਜਿੱਥੇ ਦਾ ਸਤਿਗੁਰੂ ਜੀ ਪਿੱਛੇ ਜ਼ਿਕਰ ਕਰ ਰਹੇ ਸੀ ਤੇ ਜਦੋਂ ਇੱਥੇ ਪਹੁੰਚੇ ਨੇ ਇੱਥੇ ਫਲਾਂ ਵਾਲੇ ਬਹੁਤ ਸਾਰੇ ਦਰਖਤ ਸੁੰਦਰ ਜਿਹੜੇ ਹੈ ਉਹ ਸੋਭਾ ਪਾ ਰਹੇ ਸੀ ਮਨ ਕਰੰਗ ਕੇ ਸੁਮਨ ਸੁਹਾਵਨ ਬਹੁਤ ਰੰਗਾਂ ਰੰਗਾਂ ਦੇ ਫੁੱਲ ਵੀ ਲੱਗੇ ਹੋਏ ਸਨ ਜਿਨ ਪਰ ਭੌਰੇ ਕਰੇ ਪਰਮਾਵਨ ਜਿਨ੍ਹਾਂ ਫੁੱਲਾਂ ਦੇ ਉੱਪਰ ਰਸ ਚੂਸਣ ਵਾਸਤੇ ਬਹੁਤ ਸਾਰੇ ਭੌਰੇ ਜਿਹੜੇ ਉਡਾਰੀਆਂ ਮਾਰ ਰਹੇ ਸੀ ਲਤਾ ਬਹੁਤ ਜਿਨਸੋਂ ਉਰ ਝਾਨੀ ਉੱਥੇ ਦਰਖਤਾਂ ਦੇ ਉੱਪਰ ਫੁੱਲਾਂ ਵਾਲੀਆਂ ਬਹੁਤ ਸਾਰੀਆਂ ਵੀਲਾਂ ਵੀ ਜਿਹੜੀਆਂ ਸਨ ਉਹ ਚੜੀਆਂ ਹੋਈਆਂ ਸਨ ਸੁੰਦਰ ਅਤਸ਼ਾਇਆ ਸੁਖਦਾਨੀ ਉੱਥੇ ਉਹਨਾਂ ਦਰਖਤਾਂ ਦੀ ਫਿਰ ਬਹੁਤ ਸੁੰਦਰ ਛਾਂ ਬਣੀ ਹੋਈ ਸੀਗੀ ਸੁਖ ਦੇਣ ਵਾਲੀ ਅਨਕ ਵਿਧਨ ਲਾਗੇ ਫਲ ਸਰਸੰਗ ਅਨੇਕਾਂ ਹੀ ਪ੍ਰਕਾਰ ਦੇ ਸਹਿਤ ਰਸਾਂ ਦੇ ਪੱਕੇ ਹੋਏ ਫਲ ਉੱਥੇ ਲੱਗੇ ਹੋਏ ਸੀਗੇ ਸ਼ਾਖਾ ਭਾਰ ਭੂਮ ਸੋ ਪਰਸੰਗ ਜਿਹੜੀ ਫਲਾਂ ਦੇ ਨਾਲ ਉਹ ਟਹਿਣੀਆਂ ਜਿਹੜੀਆਂ ਭਰੀਆਂ ਹੋਈਆਂ ਤੇ ਝੁੱਕ ਕੇ ਤੇ ਥੱਲੇ ਧਰਤੀ ਦੇ ਨਾਲ ਜਿਹੜੀਆਂ ਉਹ ਲੱਗੀਆਂ ਹੋਈਆਂ ਸੀ ਮਾਨੋ ਅਥਿਤ ਜੋ ਆਵਤ ਪਾਸਾ ਮੰਨ ਲਓ ਕਿ ਕੋਈ ਆਏ ਹੋਏ ਕਿਸੇ ਮੁਸਾਫਰ ਨੂੰ ਜਿਹੜਾ ਹੈ ਉਹਦਾ ਸਵਾਗਤ ਕਰਨ ਦੇ ਵਾਸਤੇ ਝੁੱਕ ਕੇ ਟਾਹਣੀਆਂ ਜਿਹੜੀਆਂ ਉਹ ਧਰਤੀ ਨਾਲ ਲੱਗੀਆਂ ਹੋਈਆਂ ਨੇ ਝੁਕੇ ਫਲ ਰਸ ਜਿਵੇਂ ਇਹ ਦਰਖਤ ਜਿਹੜੇ ਨੇ ਇਹ ਆਏ ਹੋਏ ਮੁਸਾਫਰ ਨੂੰ ਫਲ ਛਕਾਉਣ ਦੇ ਵਾਸਤੇ ਝੁੱਕ ਕੇ ਤੇ ਟਾਹਣੀਆਂ ਆਪਣੀਆਂ ਨੀਵੀਆਂ ਕਰਕੇ ਖੜੇ ਹਨ ਬਿਨ ਹੀ ਸ਼ਰਮ ਲੈ ਤੋਰ ਸੁਖਾਰੇ ਜਿਵੇਂ ਇਹਨਾਂ ਨੇ ਇਹ ਖਿਆਲ ਬਣਾਇਆ ਹੋਵੇ ਕਿ ਜਿਸ ਮੁਸਾਫਰ ਨੇ ਫਲ ਖਾਣੇ ਹੋਵਣ ਉਹਨੂੰ ਖੇਚਲ ਨਾ ਕਰਨੀ ਪਵੇ ਤੇ ਉਹ ਸੌਖੇ ਹੀ ਫਲ ਜਿਹੜੇ ਹੈ ਥੱਲੇ ਜ਼ਮੀਨ ਤੇ ਖੜਾ ਖੜਾ ਹੀ ਤੋੜ ਕੇ ਛਕ ਲਵੇ ਇਵੇਂ ਦਰਖਤਾਂ ਨੇ ਆਪਣੀਆਂ ਟਾਹਣੀਆਂ ਜਿਹੜੀਆਂ ਉਹ ਨਿਮਾਈਆਂ ਹੋਈਆਂ ਨੇ ਇਹ ਹੁੰਦਾ ਇਹ ਕਵਿਤਾ ਦਾ ਇਸ ਪ੍ਰਕਾਰ ਸੁੰਦਰ ਰੂਪ ਬਣਾਉਣਾ ਕਵੀ ਜੀ ਨੇ ਆਪਣੇ ਵੱਲੋਂ ਅਲੰਕਾਰ ਖਿੱਚਿਆ ਹੈ ਭਈ ਦਰਖਤਾਂ ਨੂੰ ਵੈਸੇ ਜਦੋਂ ਫਲ ਲੱਗ ਜਾਣ ਟਾਹਣੀਆਂ ਨੀਵੀਆਂ ਹੋ ਜਾਂਦੀਆਂ
ਤੇ ਦਰਖਤ ਨੂੰ ਹਮੇਸ਼ਾ ਪਰਉਪਕਾਰੀ ਸਮਝਿਆ ਜਾਂਦਾ ਹੈ ਵੀ ਇਹ ਆਪਣੇ ਉੱਪਰ ਧੁੱਪ ਤੇ ਵਰਖਾ ਦਾ ਇਸ ਪ੍ਰਕਾਰ ਸੰਤਾਪ ਭੋਗ ਕੇ ਜਿਹੜਾ ਇਹਦੀ ਸ਼ਰਨ ਵਿੱਚ ਆਵੇ ਉਹਨੂੰ ਸੁੱਖ ਦਿੰਦਾ ਹੈ। ਫਿਰ ਜਿਹੜਾ ਫਲਦਾਰ ਦਰਖਤ ਹੈ ਜੇ ਕੋਈ ਸ਼ੁੱਧ ਭੁੱਖਾ ਆ ਰਿਹਾ ਉਹਨੂੰ ਫਲ ਜਿਹੜਾ ਉਹ ਫਲ ਛਕਾ ਕੇ ਤੇ ਉਹਦੀ ਵੀ ਸੇਵਾ ਕਰਦਾ ਉਹਦੀ ਭੁੱਖ ਮਿਟਾਉਂਦਾ ਹੈ। ਤੋ ਫਿਰ ਜਦੋਂ ਟਹਿਣੀਆਂ ਹੀ ਨੀਵੀਆਂ ਹੋ ਗਈਆਂ ਤੇ ਜਿਵੇਂ ਇਹ ਦਰਖਤ ਸੇਵਾ ਕਰਨ ਦੇ ਲਈ ਆਏ ਅਤਿਥੀਆਂ ਦੇ ਵਾਸਤੇ ਇਹ ਪਹਿਲਾਂ ਹੀ ਜਿਹੜੇ ਨੇ ਸੇਵਾ ਵਿੱਚ ਹਾਜ਼ਰ ਨੇ ਕਿ ਕਿਸੇ ਵੀ ਆਏ ਹੋਏ ਸ਼ੁੱਧਤ ਨੂੰ ਉੱਪਰ ਨਾ ਦਰਖਤਾਂ ਤੇ ਚੜ੍ਹਨ ਦੀ ਖੇਚਲ ਕਰਨੀ ਪਵੇ, ਥੱਲੇ ਖੜੇ ਖੜੇ ਫਲ ਤੋੜ ਕੇ ਛਕ ਲੈਣ। ਦੋਹਰਾ ਉਪਕਾਰੀ ਜੋ ਪੁਰਖ ਹੈ ਸਿੱਖਿਆ ਤੇ ਜਨ ਦੇਤ, ਜਿਹੜੇ ਪਰ ਉਪਕਾਰੀ ਹੁੰਦੇ ਹੈ ਉਹਨਾਂ ਦਾ ਹਰੇਕ ਕਰਮ ਜਿਹੜਾ ਹੁੰਦਾ ਦੂਜਿਆਂ ਨੂੰ ਸਿੱਖਿਆ ਦੇਣ ਵਾਲਾ ਹੁੰਦਾ ਹੈ, ਤੇ ਜਿਹੜੇ ਦਰਖਤ ਨੇ ਇਹ ਵੈਸੇ ਪਰਉਪਕਾਰੀ ਹੁੰਦੇ ਹੈ। ਇਸ ਲਈ ਕਵੀ ਕਹਿ ਰਹੇ ਨੇ ਕਿ ਉਹਨਾਂ ਦਾ ਹਰ ਕਰਮ ਜਿਹੜਾ ਉਹ ਵੀ ਦੂਜਿਆਂ ਨੂੰ ਸਿੱਖਿਆ ਹੀ ਦੇਣ ਵਾਲਾ ਹੈ ਕਿ ਭਾਈ ਦੂਜਿਆਂ ਦੀ ਸੇਵਾ ਕਰੋ, ਦੂਜਿਆਂ ਦੀ ਮਦਦ ਕਰੋ। ਕਰ ਉਪਕਾਰ ਸੋ ਨਿਮ ਚਲੋ ਦੀਨ ਦੁਨੀ ਸੁਖ ਹੇਤ, ਦੀਨ ਤੇ ਦੁਨੀਆਂ ਦੀ ਸੁਖ ਤੇ ਸੇਵਾ ਦੇ ਵਾਸਤੇ ਨੀਵੇਂ ਹੋ ਕੇ ਤੇ ਪਰਉਪਕਾਰ ਕਰਦੇ ਹੋਏ ਚਲੋ। ਇਹ ਪਰਉਪਕਾਰੀ ਇਨਸਾਨਾਂ ਦੀ ਜਾਂ ਦਰਖਤਾਂ ਦੀ ਜਿਹੜੀ ਹੈ ਇਹ ਸਿੱਖਿਆ ਹੁੰਦੀ ਹੈ ਦੂਜਿਆਂ ਦੇ ਲਈ। ਸੀਤਲ ਬਿਮਲੰ ਨੌਰਾ ਨੀਰੰ, ਇਹ ਜਿਹੜੇ ਪਹਾੜ ਤੇ ਹੁਣ ਮਹਾਰਾਜ ਜੀ ਥੱਲੇ ਆਏ ਹੋਏ ਹੈ, ਇੱਥੇ ਕਵੀ ਜੀ ਕਹਿ ਰਹੇ ਨੇ ਕਿ ਕੁਝ ਚੱਲਦੇ ਹੋਏ ਕੁਦਰਤੀ ਝਰਨੇ ਉਹਨਾਂ ਦਾ ਜਿਹੜਾ ਹੈ ਨਿਰਮਲ ਨੀਰ ਉੱਥੋਂ ਜਿਹੜਾ ਹੈ ਉਹ ਵਹਿ ਰਿਹਾ ਹੈ। ਮਾਰਗ ਸ਼ਰਮ ਕੇ ਖੋਵਤ ਪੀਰੰ, ਉਸ ਜਲ ਦੇ ਨਾਲ ਜੇ ਕੋਈ ਪੰਜ ਇਸ਼ਨਾਨਾ ਕਰ ਲੈਂਦਾ ਹੈ ਮੂੰਹ ਹੱਥ ਧੋ ਕੇ ਤੇ ਬਾਅਦ ਵਿੱਚ ਉਹਦੇ ਚੂਲੇ ਭਰ ਕੇ ਛਕ ਲੈਂਦਾ ਹੈ ਤੇ ਉਹ ਇਉਂ ਹੈ ਕਿ ਆਏ ਹੋਏ ਮੁਸਾਫ਼ਰ ਦੀ ਥਕਾਵਟ ਦੂਰ ਕਰ ਦਿੰਦੇ ਨੇ। ਜਿਸ ਤਰ੍ਹਾਂ ਹੁਣ ਘਰਾਂ ਦੇ ਵਿੱਚ ਸਾਧ ਸੰਗ ਜੀ ਕਿਚਨ ਦੇ ਅੰਦਰ ਫਿਲਟਰ ਲਵਾ ਲਈਦਾ ਤੇ ਤਾਂ ਲਵਾਉਂਦੇ ਆਪਾਂ ਵੀ ਸ਼ਾਇਦ ਜਿਹੜਾ ਦੂਜਾ ਪਾਣੀ ਹੈ ਉਹਦੇ ਨਾਲੋਂ ਆਇਆ ਪਾਣੀ ਪੀਣ ਦੇ ਨਾਲ ਸਾਡੀ ਸਿਹਤ ਜਿਹੜੀ ਉਹ ਠੀਕ ਰਹਿੰਦੀ ਹੈ। ਪਰ ਅਸਲੀਅਤ ਵਿੱਚ ਜਿਹੜਾ ਗੰਗਾ ਦੇ ਜਲ ਨੂੰ ਜਿਹੜਾ ਹੈ ਪ੍ਰਾਚੀਨ ਸਮੇਂ ਤੋਂ ਜਿਹੜਾ ਇਹ ਮੰਨਿਆ ਜਾਂਦਾ ਹੁੰਦਾ ਸੀ ਵੀ ਇਹ ਪਵਿੱਤਰ ਹੈ, ਪਵਿੱਤਰ ਦਾ ਮੀਨਿੰਗ ਇਹੀ ਸੀਗਾ ਕਿ ਉਹਨੂੰ ਪੀ ਕੇ ਉਸ ਜਲ ਨੂੰ ਪੀ ਕੇ ਉਹ ਪਿੱਛੋਂ ਜਦੋਂ ਹਿਮਾਲਿਆ ਪਰਬਤ ਤੋਂ ਇਹੋ ਜਿਹੀਆਂ ਬੂਟੀਆਂ ਦੇ ਨਾਲ ਟੱਚ ਹੋ ਕੇ ਆਉਂਦਾ ਹੁੰਦਾ ਸੀ ਵੀ ਜਿਹੜਾ ਅਸੀਂ ਅੱਜ ਫਿਲਟਰਡ ਪਾਣੀ ਜਿਹੜਾ ਮੰਨਦੇ ਹਾਂ ਵੀ ਇਹ ਕੀਤਾ ਹੋਇਆ ਤੇ ਇਹ ਪੀਵਾਂਗੇ ਤੇ ਇਹ ਸਾਨੂੰ ਜਿਹੜਾ ਹੈ ਇਸ ਪ੍ਰਕਾਰ ਫਰੈਸ਼ਨੈਸ ਜਿਹੜੀ ਉਹ ਜ਼ਿਆਦਾ ਦਿੰਦਾ ਹੈ ਤੇ ਸਾਡਾ ਸਟੋਮਚ ਸਿਸਟਮ ਜਿਹੜਾ ਉਹ ਠੀਕ ਰਹਿੰਦਾ ਹੈ। ਇਵੇਂ ਹੀ ਸਾਧ ਸੰਗਤ ਜੀ ਬਾਕੀ ਦਰਿਆਵਾਂ ਦੇ ਪਾਣੀਆਂ ਨਾਲੋਂ ਗੰਗਾ ਦਾ ਜਿਹੜਾ ਜਲ ਹੁੰਦਾ ਸੀਗਾ ਉਹ ਇਸ ਪ੍ਰਕਾਰ ਜਦੋਂ ਕੋਈ ਪੀਂਦਾ ਸੀ ਤੇ ਇਉਂ ਮਹਿਸੂਸ ਹੁੰਦਾ ਸੀ ਵੀ ਮੈਂ ਤੰਦਰੁਸਤ ਹੋ ਗਿਆ। ਕਾਰਨ ਕੀ ਹੈ? ਅਨੇਕਾਂ ਤਰ੍ਹਾਂ ਦੀਆਂ ਹਜ਼ਾਰਾਂ ਹੀ ਜੜੀਆਂ ਬੂਟੀਆਂ ਦੇ ਵਿੱਚੋਂ ਦੀ ਲੰਘਦਾ ਹੋਇਆ ਉਹ ਪਾਣੀ ਔਰ ਰਸਤੇ ਦੇ ਵਿੱਚ ਪੱਥਰਾਂ ਨਾਲ ਟਕਰਾਉਂਦਾ ਹੋਇਆ, ਇਸ ਤਰ੍ਹਾਂ ਦੇ ਪੱਥਰਾਂ ਦੇ ਨਾਲ ਟੱਚ ਹੋ ਕੇ ਲੰਘਦਾ ਲੰਘਦਾ ਉਹ ਪਾਣੀ ਵੈਸੇ ਹੀ ਫਿਲਟਰਡ ਹੋ ਜਾਂਦਾ ਸੀਗਾ ਤੇ ਫਿਰ ਜਿਹੜੀ ਚੀਜ਼ ਸੁੱਖ ਦਿੰਦੀ ਹੈ ਉਹਨੂੰ ਆਪਣੇ ਤੌਰ ਤੇ ਜਿਹੜੇ ਮਰਜ਼ੀ ਲਫ਼ਜ਼ਾਂ ਦੇ ਨਾਲ ਜਿਹੜਾ ਹੈ ਉਹ ਰਿਸਪੈਕਟ ਦਿੱਤੀ ਜਾਂਦੀ ਹੈ ਉਹਨੂੰ। ਫਿਰ ਉਹ ਫਾਇਦਾ ਦੇਣ ਵਾਲਾ ਜਲ ਸੀ ਉਹਨੂੰ ਲੋਕ ਕਹਿਣ ਲੱਗ ਪਏ ਇਹ ਪਵਿੱਤਰ ਹੈ, ਇਹ ਅੰਮ੍ਰਿਤ ਹੈ। ਤੋ ਇਵੇਂ ਸਾਧ ਸੰਗਤ ਜੀਓ ਉਹ ਜਿਹੜੇ ਝਰਨੇ ਚੱਲਦੇ ਹੈ ਉਹ ਵੀ ਸਾਰੇ ਜਿਹੜੇ ਹੈ ਉੱਪਰੋਂ ਬਹੁਤ ਫਰੈਸ਼ ਜਿਹੜਾ ਉਹ ਪਾਣੀ ਆਉਂਦਾ ਅਤੇ ਉਹਦਾ ਜਿਹੜਾ TS ਹੁੰਦਾ ਆ ਉਹ ਤਕਰੀਬਨ ਜਿਹੜਾ ਉਹ 30-40 ਤੱਕ ਹੁੰਦਾ। ਵੈਸੇ ਜਿਹੜੇ ਖਰਾਬ ਪਾਣੀ ਮੰਨੇ ਜਾਂਦੇ ਪੰਜਾਬ ਵਿੱਚ ਚੈੱਕ ਕੀਤੇ ਜਾਂਦੇ, ਕਈ ਵਾਰੀ ਉਹਨਾਂ ਦਾ 500 ਜਾਂ 600 ਤੱਕ ਜਿਹੜਾ ਉਹ TS ਜਿਹੜਾ ਉਹ ਚੈੱਕ ਕੀਤਾ ਜਾਂਦਾ ਜਦੋਂ ਫਿਲਟਰ ਲਗਵਾ ਕੇ ਬਾਅਦ ਵਿੱਚ ਉਹਨੂੰ ਜਿਹੜਾ ਮੇਨਟੇਨ ਕਰਕੇ 50 ਤੋਂ 100 ਦੇ ਵਿੱਚ ਰਹਿਣ ਦਿੱਤਾ ਜਾਂਦਾ, ਇੱਦਾਂ ਕਰ ਦਿੱਤਾ ਜਾਂਦਾ। ਇਹ ਜਿਹੜੇ ਪਾਣੀ ਹੁੰਦੇ ਨੇ ਨਿਰਮਲ ਜਲ ਉੱਪਰੋਂ ਝਰਨਿਆਂ ਦੇ ਚੱਲਦੇ ਇਹਨਾਂ ਦਾ ਵੀ ਜੇ ਚੈੱਕ ਕਰੀਏ ਤੇ ਪਹਿਲਾਂ ਹੀ 50-40-60 ਤੱਕ ਜਿਹੜਾ ਹੁੰਦਾ। ਇਸ ਕਰਕੇ ਪਾਣੀ ਜਿਹੜੇ ਨੇ ਜਿਹੜਾ ਕੋਈ ਇਹਨੂੰ ਛਕਦਾ ਹੈ ਉਹਨੂੰ ਇਉਂ ਹੁੰਦਾ ਮੇਰਾ ਥਕੇਵਾਂ ਹੀ ਜਿਹੜਾ ਹੈ ਉਹ ਉਤਰ ਗਿਆ ਹੈ। ਸਗਨ ਸੁਹਾਵਣ ਛਾਇਆ ਜਿਹਵਾਂ, ਜਿੱਥੇ ਬਹੁਤ ਸੰਘਣੀ ਛਾਂ ਜਿਹੜੀ ਹੈ ਉਹ ਸੋਭਾ ਪਾ ਰਹੀ ਹੈ। ਵੈਸੇ ਸ਼੍ਰੀ ਨਾਨਕ ਪਿਖ ਤਹਿਵਾਂ, ਮਹਾਰਾਜ ਜੀ ਫਿਰ ਉੱਥੇ ਸੋਹਣੀ ਜਿਹੀ ਛਾਂ ਜਿੱਥੇ ਦਰਖਤਾਂ ਦੀ ਸੰਘਣੀ ਹੈ ਉਹਦੇ ਵਿੱਚ ਧੁੱਪ ਨਹੀਂ ਲੰਘ ਰਹੀ ਉੱਥੇ ਮਹਾਰਾਜ ਜੀ ਨੇ ਚੌਂਕੜਾ ਲਗਾ ਲਿਆ ਕੁਝ ਸਮੇਂ ਵਾਸਤੇ ਆਰਾਮ ਕਰਨ ਲਈ ਬੈਠ ਗਏ। ਬਾਹਰ ਫਲ ਮਧੁਰ ਤੋੜ ਮਰਦਾਨੇ, ਤੇ ਮਰਦਾਨਾ ਸਾਹਿਬ ਜੀ ਨੇ ਫਿਰ ਸੋਹਣੇ ਫਲ ਪੱਕੇ ਰਸਦਾਇਕ ਜਿਹੜੇ ਸੀ ਉਹ ਦਰਖਤਾਂ ਦੇ ਨਾਲੋਂ ਤੋੜਨੇ ਸ਼ੁਰੂ ਕੀਤੇ। ਅਗਰਜ ਰਾਖੇ ਤਬਿਆਨੇ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਅੱਗੇ ਫਲ ਲਿਆ ਕੇ ਰੱਖੇ, ਕੈਸੇ ਕੈਸੇ ਉਹ ਵਡਭਾਗੀ ਪੁਰਖ ਸਨ ਜਿਹੜੇ ਦਿਨ ਰਾਤ ਮਹਾਰਾਜ ਜੀ ਦੀ ਸੰਗਤ ਕਰ ਰਹੇ ਸੀ। ਅੱਜ ਗੁਰੂ ਨਾਨਕ ਸਾਹਿਬ ਦੇ ਸਿੱਖ ਨੂੰ ਵੀ ਕਿਤੇ ਆਪਾਂ ਨੂੰ ਫਲ ਛਕਾਉਣ ਦਾ ਮੌਕਾ ਮਿਲ ਜਾਏ ਤੇ ਆਪਾਂ ਆਪਣੇ ਆਪ ਨੂੰ ਵਡਭਾਗੀ ਸਮਝਦੇ ਹਾਂ ਵੀ ਗੁਰੂ ਦੇ ਸਿੱਖਾਂ ਨੂੰ ਆਪਾਂ ਫਲ ਛਕਾ ਕੇ ਸੇਵਾ ਕੀਤੀ ਹੈ।
ਤੋ ਧੰਨ ਭਾਈ ਮਰਦਾਨਾ ਉਹਨੇ ਫਲ ਤੋੜ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਛਕਣ ਦੇ ਵਾਸਤੇ ਅੱਗੇ ਰੱਖੇ ਹਨ। ਸੁੰਦਰ ਸਰਸ ਦੇਖ ਮਨ ਭਾਏ, ਫਲ ਦੇਖਣ ਨੂੰ ਵੀ ਬੜੇ ਸੁੰਦਰ ਸੀ, ਸਾ ਰਸ ਸਹਿਤ ਰਸ ਦੇ ਪੱਕੇ ਹੋਏ ਸਨ, ਜਿਹੜੇ ਦੇਖਣ ਨੂੰ ਬੜੇ ਚੰਗੇ ਲੱਗਦੇ ਸਨ। ਸ੍ਰੀ ਗੁਰ ਘਰ ਮੈਂ ਅਰਧ ਉਠਾਏ, ਭਾਈ ਬਾਲਾ ਜੀ ਦੱਸ ਰਹੇ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਨੇ ਉਹਨਾਂ ਫਲਾਂ ਦੇ ਵਿੱਚੋਂ ਅੱਧੇ ਫਲ ਹੱਥ ਦੇ ਵਿੱਚ ਪਕੜੇ। ਸੋ ਮੋਕੋ ਦੀਨੇ ਤਿਹ ਕਲ, ਭਾਈ ਬਾਲਾ ਜੀ ਕਹਿੰਦੇ ਉਹ ਫਿਰ ਸਤਿਗੁਰਾਂ ਨੇ ਮੈਨੂੰ ਜਿਹੜੇ ਆ ਉਹ ਬਖਸ਼ਿਸ਼ ਕਰ ਦਿੱਤੇ ਛਕਣ ਦੇ ਵਾਸਤੇ, ਅੱਧੇ ਫਲ ਉਹਨਾਂ ਵਿੱਚੋਂ ਚੁੱਕ ਕੇ ਭਾਈ ਬਾਲਾ ਜੀ ਕਹਿੰਦੇ ਮੈਨੂੰ ਛਕਣ ਲਈ ਦਿੱਤੇ। ਰੱਖੇ ਅਰਧੰ ਆਪ ਕਿਰਪਾਲ, ਆਪ ਕਿਰਪਾਲੂ ਪਾਤਸ਼ਾਹ ਜੀ ਨੇ ਅੱਧੇ ਆਪਣੇ ਛਕਣ ਦੇ ਵਾਸਤੇ ਕੋਲ ਰੱਖ ਲਏ। ਮਰਦਾਨਾ ਤੋੜੇ ਸੋ ਖਾਵਤ, ਭਾਈ ਮਰਦਾਨਾ ਜੀ ਨਾਲ ਨਾਲ ਤੋੜਦੇ ਆ ਤੇ ਨਾਲ ਨਾਲ ਛਕੀ ਵੀ ਜਾ ਰਹੇ ਹਨ। ਆਦ ਸੁਧਾ ਸਮ ਅਧਿਕ ਅਗਹਾਵਤ, ਇਹਨਾਂ ਦਾ ਅੰਮ੍ਰਿਤ ਵਰਗਾ ਸਵਾਦ ਆ ਰਿਹਾ ਸੀ ਤੇ ਭਾਈ ਮਰਦਾਨਾ ਜੀ ਨਾਲੇ ਰੱਜ ਰੱਜ ਕੇ ਖਾ ਰਹੇ ਨੇ, ਨਾਲੇ ਹੋਰ ਤੋੜ ਰਹੇ ਹਨ। ਛੋੜ ਸਕੇ ਨਹਿ ਖਾਏ ਬਹੁ ਗਲ ਉਦਰੰਗ ਪੂਰ, ਭਾਈ ਬਾਲਾ ਜੀ ਨੂੰ ਦੇ ਨੇਤਰਾਂ ਦੇ ਵਿੱਚ ਉਹ ਬਿਲਕੁਲ ਹੂਬ ਹੂਬ ਉਹੀ ਹਾਲਾਤ ਜਿਹੜੇ ਉਹ ਆ ਜਾਂਦੇ ਸਨ। ਤੇ ਵੈਸੇ ਵੀ ਸਾਧ ਸੰਗਤ ਜੀ ਆਪਣੀ ਜ਼ਿੰਦਗੀ 'ਚ ਜਿਹੜੇ ਹਾਲਾਤ ਵਾਪਰੇ ਹੁੰਦੇ ਨੇ ਕੋਈ ਦੂਰ ਨਹੀਂ ਲੱਗਦੇ, ਤੇ ਉਹ ਹਾਲਾਤ ਹਮੇਸ਼ਾ ਯਾਦ ਰਹਿੰਦੇ ਹੈ ਜਿਹੜੇ ਸਾਧ ਸੰਗਤ ਜੀ ਆਪਾਂ ਨੂੰ ਜ਼ਿਆਦਾ ਜਿਹੜੇ ਆ ਉਹ ਚੰਗੇ ਲੱਗਦੇ। ਹੁਣ ਆਪਣੀ ਲਾਈਫ ਦੇ ਵਿੱਚ 10-12 ਸਾਲ ਤੋਂ ਆਪਾਂ ਹੋਸ਼ ਸੰਭਾਲ ਲਈ ਹੁੰਦੀ ਹੈ, ਜਦੋਂ ਆਪਾਂ ਚੇਤੇ ਕਰਦੇ ਹਾਂ ਤੇ ਇਨਸਾਨ ਕਹਿੰਦਾ ਜੇ ਕੱਲ੍ਹ ਦੀਆਂ ਗੱਲਾਂ ਲੱਗਦੀਆਂ, ਲੇਕਿਨ 40 ਸਾਲ ਲੰਘ ਵੀ ਗਏ ਹੈ, ਆਹ ਫਲਾਣੀ ਗੱਲ ਜਿਹੜੀ ਹੈ ਇਹ ਤੇ ਅਜੇ ਐਂ ਲੱਗਦਾ ਜਿਵੇਂ ਥੋੜ੍ਹਾ ਹੀ ਚਿਰ ਹੋਇਆ ਹੁੰਦਾ, ਪਰ ਉਮਰ ਜਿਹੜੀ ਹੈ ਬੜੀ ਲੰਘ ਗਈ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਇੱਕ ਆਪਾਂ ਸਧਾਰਨ ਬੰਦੇ ਹੈ, ਸਾਨੂੰ ਉਹ ਸਮਾਂ ਹੂਬ ਹੂਬ ਯਾਦ ਹੈ ਨਾ ਵੀ ਜਦੋਂ ਸਾਡਾ ਵਿਆਹ ਹੋਇਆ ਤੇ ਰਿਸ਼ਤਾ ਜਿਹੜਾ ਉਹ ਫਿਰ ਕਿਵੇਂ ਤੈਅ ਹੋਇਆ ਸੀ, ਜਾਂ ਅਸੀਂ ਡਾਇਰੈਕਟ ਹੀ ਸਾਡਾ ਮੇਲ ਮਿਲਾਪ ਹੋਇਆ, ਜਾਂ ਕਿਹੜੇ ਵਿਚੋਲੇ ਨੇ ਗੱਲ ਚਲਾਈ, ਜਾਂ ਫਿਰ ਕਿਵੇਂ ਗੱਲ ਸਿਰੇ ਚੜ੍ਹਨ ਤੋਂ ਪਹਿਲਾਂ ਅਟਕ ਜਾਣ ਲੱਗੀ ਫਿਰ ਸਿਰੇ ਚੜ੍ਹ ਗਈ, ਫਿਰ ਕਿੰਨੇ ਬਰਾਤੀ ਜੰਝ ਤੇ ਗਏ, ਕਿਵੇਂ ਉੱਥੇ ਸੇਵਾ ਹੋਈ, ਉਦਣ ਆਨੰਦ ਕਾਰਜ ਵਾਲੇ ਦਿਨ ਕੀ ਜਿਹੜੇ ਆ ਹਾਲਾਤ ਵਾਪਰੇ, ਚੇਤੇ ਆ ਨਾ, ਹਰ ਬੰਦੇ ਨੂੰ ਚੇਤੇ ਰਹਿੰਦੇ ਆ। ਤੇ ਫਿਰ ਜੇ ਸੁਣਾਉਣ ਲੱਗੇ ਤੇ ਜੇ ਸੁਣਨ ਵਾਲਾ ਅੱਗਿਓ ਸੁਣੀ ਜਾਵੇ ਤੇ ਫਿਰ ਇਨਸਾਨ ਜਿਹੜਾ ਉਹਨੂੰ ਅਗਲਾ ਪਿਛਲਾ ਚੇਤਾ ਹੀ ਭੁੱਲ ਜਾਂਦਾ, ਆਪਣੇ ਖੁਸ਼ੀ ਦੇ ਦਿਨ ਤੇ ਇਨਸਾਨ ਜਿਹੜੇ ਉਹ ਸੁਣਾਉਣੋ ਹੀ ਨਹੀਂ ਹਟਦਾ। ਹੁਣ ਆਪਾਂ ਇੱਕ ਸਧਾਰਨ ਬੰਦੇ ਹਾਂ, ਸਾਨੂੰ ਸਾਰੇ ਯਾਦ ਹੈ, ਤੇ ਧੰਨ ਗੁਰੂ ਨਾਨਕ ਸਾਹਿਬ ਭਾਈ ਬਾਲਾ ਮਰਦਾਨਾ ਜੀ ਜਿਨ੍ਹਾਂ ਨੇ ਸਤਿਗੁਰਾਂ ਦੀ ਕੀਤੀ ਸੀ ਸੰਗਤ ਤੇ ਬੈਠੇ ਹੋਏ ਨੇ ਖਡੂਰ ਸਾਹਿਬ ਤਪਿਆਣਾ ਸਾਹਿਬ ਗੁਰਦੁਆਰਾ, ਉੱਥੇ ਅੱਜ ਕੱਲ੍ਹ ਲਿਖਾ ਰਹੇ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਇਤਿਹਾਸ, ਤੇ ਨਾਲ ਨਾਲ ਗੁਰੂ ਅੰਗਦ ਸਾਹਿਬ ਦੀਆਂ ਖੁਸ਼ੀਆਂ ਹੋ ਰਹੀਆਂ ਉਹਨਾਂ ਦੇ ਉੱਤੇ ਵੀ ਸਾਡੇ ਵੱਡਿਆਂ ਸਤਿਗੁਰਾਂ ਦੇ ਬਚਨ ਸੁਣਾ ਰਿਹਾ। ਮਰਦਾਨਾ ਜੀ ਨੂੰ ਬਿਲਕੁਲ ਹੂਬ ਹੂਬ ਜਿਹੜਾ ਹੈ ਉਹ ਸਾਰਾ ਚੇਤਾ ਹੈ, ਉਹ ਨਿੱਕੇ ਨਿੱਕੇ ਬਚਨ ਜਿਹੜੇ ਸਾਰੇ ਉਹਨਾਂ ਨੇ ਤਾਂ ਲਿਖਾਏ ਹੈ। ਤੇ ਉਹ ਕਹਿ ਰਹੇ ਨੇ ਭਾਈ ਬਾਲਾ ਸਾਹਿਬ ਜੀ ਕਹਿ ਰਹੇ ਵੀ ਮਰਦਾਨਾ ਜੀ ਜਿਹੜੇ ਆ ਉਹ ਫਲਦਾਰ ਦਰਖਤਾਂ ਦੇ ਲਾਗੋਂ ਸਾਡੇ ਕੋਲ ਆ ਹੀ ਨਹੀਂ ਸਨ ਰਹੇ, ਉੱਥੇ ਹੀ ਉਹ ਛਕੀ ਜਾ ਰਹੇ ਹੈ, ਤੇ ਨਾਲ ਨਾਲ ਗਰ ਲਓ ਉਦਰੰਗ ਪੂਰੰਗ ਐਂ ਲੱਗਦਾ ਸੀ ਜਿਵੇਂ ਗਲ ਤੱਕ ਰੱਜ ਵੀ ਗਏ ਭਾਈ ਮਰਦਾਨਾ ਜੀ, ਪਰ ਅਜੇ ਵੀ ਫਲ ਤੋੜੀ ਜਾ ਰਹੇ ਸਨ। ਹੋਰ ਚੀਰ ਮਹਿ ਪਾਏ ਕਸ਼ ਬਾਂਦੇ ਸਵਾਦੰਗ ਪੂਰ, ਬਾਲਾ ਸਾਹਿਬ ਜੀ ਕਹਿੰਦੇ ਭਾਈ ਭਾਈ ਮਰਦਾਨਾ ਜੀ ਨੇ ਵਾਧੂ ਫਲ ਕੁਝ ਤੋੜ ਕੇ ਚੀਰ ਮਹਿ ਪਾਏ ਕਸ਼, ਚੀਰ ਹੁੰਦਾ ਪਰਨਾ ਕੱਪੜਾ, ਉਹਨਾਂ ਨੇ ਕੁਝ ਕੱਪੜੇ ਦੇ ਵਿੱਚ ਬੰਨ ਲਏ, ਸਵਾਦਦਾਇਕ ਜਿਹੜੇ ਉਹ ਫਲ ਸਨ। ਗੁਰ ਸਮੀਪ ਸੋਵਾਨਾ, ਫਿਰ ਭਾਈ ਮਰਦਾਨਾ ਜੀ ਇਸ ਤਰ੍ਹਾਂ ਕੁਝ ਫਲ ਜਿਹੜੇ ਉਹ ਕੋਟਲੀ ਚ ਬੰਨ ਕੇ ਪਰਨੇ ਵਿੱਚ ਫਿਰ ਗੁਰੂ ਨਾਨਕ ਸਾਹਿਬ ਦੇ ਲਾਗੇ ਆ ਕੇ ਬੈਠੇ। ਸਤ ਬੋਲੇ ਮਯਾ ਨਿਧਾਨ, ਮਹਾਰਾਜ ਪਾਤਸ਼ਾਹ ਜੀ ਮੁਸਕਰਾਏ, ਸੱਚੇ ਸਤਿਗੁਰੂ ਗੁਰੂ ਨਾਨਕ ਸਾਹਿਬ ਆਪਣੇ ਪਿਆਰਿਆਂ ਦੇ ਖੇਲ ਦੇਖ ਕੇ ਮੁਸਕਰਾਏ, ਕਿਰਪਾ ਦੇ ਨਿਧਾਨ ਸਤਿਗੁਰੂ ਜੀ। ਮਹਾਰਾਜ ਬੜੇ ਕੌਤਕ ਕਰਦੇ ਸੀ ਆਪਣੇ ਪਿਆਰਿਆਂ ਨਾਲ, ਮਹਾਰਾਜ ਕਹਿੰਦੇ ਮਰਦਾਨਿਆ ਜੇ ਤੂੰ ਅਜੇ ਰੱਜਿਆ ਨਹੀਂ ਤੇ ਹੋਰ ਤੋੜ ਲਾ, ਕਿਹੜੀ ਗੱਲ ਹੈ। ਮਨ ਪਾ ਮਨ ਸੋ ਖਾ ਮਨ ਕੀ ਜੈ, ਆਪਣੇ ਮਨ ਭਾਉਂਦੇ ਹੋਏ ਫਲ ਜਿਹੜੇ ਉਹ ਛਕਣਾ ਕਰ, ਅਜੇ ਨਹੀਂ ਅਜੇ ਰੱਜਿਆ ਤੇ ਹੋਰ ਛਕ ਲੈ। ਪ੍ਰਭ ਜੀ ਮੈਂ ਬਹੁ ਰਹੋ ਅਗਾਈ, ਮਰਦਾਨਾ ਜੀ ਬੇਨਤੀ ਕਰਦੇ ਮਹਾਰਾਜ ਮੈਂ ਤਾਂ ਹੁਣ ਰੱਜ ਗਿਆ ਹਾਂ ਜੀ, ਕਾਮਣ ਤ੍ਰਿਸ਼ਨਾ ਸਗਲ ਮਟਾਈ, ਹੁਣ ਤਾਂ ਮਹਾਰਾਜ ਜੀ ਖਾਣ ਦੀ ਤ੍ਰਿਸ਼ਨਾ ਮੈਂ ਛੱਡ ਦਿੱਤੀ ਹੈ। ਅਬਰਾਬਰ ਕੀ ਰੁਚ ਦੇਵਨ, ਜੇ ਤੁਹਾਡੀ ਰੁਚੀ ਹੈ ਮੈਨੂੰ ਕੁਝ ਹੋਰ ਫਲ ਦੇਣ ਦੀ ਤੇ ਇੱਕ ਦੋਏ ਦੇਹੋ ਖਾਮੋ ਕਰ ਲੇਵਨ, ਮਹਾਰਾਜ ਜੀ ਇੱਕ ਦੋ ਦੇ ਦਿਓ ਮੈਂ ਹੋਰ ਛਕ ਲੈਂਦਾ ਹਾਂ। ਸਤਿਗੁਰੂ ਜੀ ਦੇ ਅੱਗੇ ਜਿਹੜੇ ਰੱਖੇ ਸੀ, ਮਹਾਰਾਜ ਕਹਿੰਦੇ ਜੇ ਮਰਦਾਨਿਆ ਨਹੀਂ ਰੱਜਿਆ ਤਾਂ ਹੋਰ ਛਕ ਲੈ,
ਮਰਦਾਨਾ ਸਾਹਿਬ ਕਹਿੰਦੇ ਮਹਾਰਾਜ ਰੱਜ ਗਿਆ ਖਾਣ ਦੀ ਰੁਚੀ ਹੁਣ ਮਿਟ ਗਈ ਹੈ, ਜੇ ਤੁਹਾਡੀ ਆਪਣੀ ਇੱਛਾ ਤੇ ਇੱਕ ਦੋ ਦੇ ਦਿਓ ਮਹਾਰਾਜ ਜੀ ਛਕ ਲੈਂਦਾ ਹਾਂ। ਨਿਜ ਕਰ ਤੂੰ ਗੁਰ ਫਲ ਯੋਗ ਦੀਨੇ, ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਹੱਥਾਂ ਦੇ ਨਾਲ ਦੋ ਫਲ ਹੋਰ ਦਿੱਤੇ ਭਾਈ ਮਰਦਾਨਾ ਸਾਹਿਬ ਜੀ ਨੂੰ। ਕਰਤਬੇ ਖਾਵਣ ਕੀਨੇ, ਭਾਈ ਮਰਦਾਨਾ ਜੀ ਨੇ ਆਪਣੇ ਆਪ ਨੂੰ ਵਡਭਾਗੀ ਸਮਝਦਿਆਂ ਹੋਇਆ ਕਿ ਪਾਤਸ਼ਾਹ ਦੇ ਹੱਥਾਂ ਦੇ ਦੋ ਫਲ ਨੇ, ਦੋ ਫਲ ਹੋਰ ਛਕ ਲਏ। ਖਾਣੇ ਕੀ ਰੁਚ ਉਧਰ ਅਗਾਇਓ, ਇਸ ਪ੍ਰਕਾਰ ਖਾਣ ਦੀ ਤਾਂ ਇਸ ਪ੍ਰਕਾਰ ਰੁਚੀ ਅਜੇ ਵੀ ਪੈਦਾ ਸੀ, ਪਰ ਪੇਟ ਜਿਹੜਾ ਸੀ ਉਹ ਭਰ ਗਿਆ ਸੀਗਾ। ਸ਼ਿਨ ਬਹਰੋ ਬਹਿਨ ਲਾਇਓ, ਇਸ ਵੇਲੇ ਫਿਰ ਭਾਈ ਮਰਦਾਨਾ ਸਾਹਿਬ ਜੀ ਨੇ ਬਚਨ ਕੀਤਾ, ਸਾਧ ਸੁਧਾ ਸਮ ਫਲ ਮਧੁਰ ਇਹਾਂ ਕੌਣ ਇਨ ਖਾਏ। ਇਹ ਮਹਾਰਾਜ ਜੀ ਇਹਨਾਂ ਫਲਾਂ ਦਾ ਅੰਮ੍ਰਿਤ ਵਰਗਾ ਸਵਾਦ ਹੈ ਤੇ ਬੜੇ ਸੁੰਦਰ ਫਲ ਨੇ, ਇੱਥੇ ਇਹਨਾਂ ਨੂੰ ਕੌਣ ਖਾਂਦਾ ਹੈ ਜੀ। ਕਦੋਂ ਬਾਅਦ ਇਹ ਜਾ ਬਈ ਮਾਨਵ ਕੋ ਨਾ ਦਿਸਾਏ, ਕਿ ਜਾਂ ਪਾਤਸ਼ਾਹ ਜੀ ਇਹ ਵਿਅਰਥ ਹੀ ਏਦਾਂ ਲੱਗ ਜਾਂਦੇ ਤੇ ਗਿਰ ਜਾਂਦੇ ਹਨ, ਇੱਥੇ ਮਾਨਵ ਤੇ ਕੋਈ ਦਿਸਦਾ ਨੀ, ਮਨੁੱਖ ਤੇ ਕੋਈ ਦਿਸਦਾ ਨੀ, ਇਹ ਪਾਤਸ਼ਾਹ ਜੀ ਇਹਨਾਂ ਨੂੰ ਕੋਈ ਖਾਂਦਾ ਵੀ ਹੈ ਕਿ ਨਹੀਂ। ਭਾਈ ਗੁਰ ਕਹੇ ਜੇ ਨਾ ਖਾਵਣ ਹਾਰੋ, ਸਤਿਗੁਰੂ ਜੀ ਨੇ ਕਿਹਾ ਵੀ ਜੇ ਇਹਨਾਂ ਨੂੰ ਕੋਈ ਛਕਣ ਵਾਲਾ ਨਹੀਂ ਹੈ, ਕੋਈ ਖਾਣ ਵਾਲਾ ਨਹੀਂ ਹੈ, ਕਿਉਂ ਉਪਜਤ ਇਹ ਹਿਰਦੇ ਵਿਚਾਰੋ, ਤਾਂ ਫਿਰ ਇਹ ਪੈਦਾ ਕਿਉਂ ਹੋਵਣ। ਮਹਾਰਾਜ ਜੀ ਕਹਿੰਦੇ ਜਿਹੜੀ ਰੱਬ ਨੇ ਚੀਜ਼ ਪੈਦਾ ਕੀਤੀ ਨਾ, ਉਹਦੀ ਲੋੜ ਹੀ ਸੀ ਤੇ ਪੈਦਾ ਕੀਤੀ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਜੇ ਇਹਨਾਂ ਨੂੰ ਕੋਈ ਖਾਣ ਵਾਲਾ ਨਹੀਂ, ਫਿਰ ਇਹ ਪੈਦਾ ਕਿਉਂ ਹੋਏ ਹਨ। ਨਿਰੰਕਾਰ ਕੇ ਸੰਤ ਜੇ ਈਠੇ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਜਿਹੜੇ ਪਰਮੇਸ਼ਰ ਜੀ ਦੇ ਪਿਆਰੇ ਸੰਤ ਜਨ ਹਨ, ਈਠੇ ਹੁੰਦਾ ਪਿਆਰੇ, ਜਿਹੜੇ ਪ੍ਰਭੂ ਪਰਮੇਸ਼ਰ ਦੇ ਪਿਆਰੇ ਭਗਤੀ ਕਰਦੇ ਹਨ, ਤਿੰਨ ਕਹੇ ਤਾਂ ਕਰੇ ਫਲ ਮਿੱਠੇ, ਉਹਨਾਂ ਦੇ ਵਾਸਤੇ ਮਾਲਕ ਨੇ ਪ੍ਰਭੂ ਪਰਮੇਸ਼ਰ ਨੇ ਇਹ ਮਿੱਠੇ ਫਲ ਤਿਆਰ ਕੀਤੇ ਹਨ ਜੀ। ਰੁਚ ਸੌਖਾਏ ਲਗਾਏ ਸਮਾਧ, ਆਪਣੀ ਰੁਚੀ ਦੇ ਨਾਲ ਇਹਨਾਂ ਫਲਾਂ ਨੂੰ ਛਕ ਲੈਂਦੇ ਆ ਤੇ ਉਹਨਾਂ ਦਾ ਸਮਾਂ ਜਿਹੜਾ ਅਜਾਈ ਨੀ ਜਾਂਦਾ, ਭੋਜਨ ਨੂੰ ਪਕਾਉਣਾ, ਸਾਂਭਣਾ, ਅਨਾਜ ਲਿਆਉਣਾ, ਤੇ ਇਹਨਾਂ ਫਲਾਂ ਨੂੰ ਛਕ ਕੇ ਲਾਏ ਸਮਾਧਾ, ਫਿਰ ਸਮਾਧੀ ਲਾ ਲੈਂਦੇ ਨੇ ਫਿਰ ਸਿਮਰਨ ਦੇ ਵਿੱਚ। ਕਰਤ ਭਜਨ ਜਿਨ ਮੋਹ ਨਾ ਵਧਦਾ, ਉਹ ਫਿਰ ਭਜਨ ਕਰਦੇ ਆ ਜਿਨ੍ਹਾਂ ਦਾ ਮੋਹ ਨੀ ਵੱਧਦਾ, ਜਿਨ੍ਹਾਂ ਦਾ ਮੋਹ ਜਿਹੜਾ ਹੈ ਉਹ ਲਿਮਿਟ ਤੋਂ ਬਾਹਰ ਨੀ ਜਾਂਦਾ। ਕੇਤਕ ਕਾਲ ਪ੍ਰਭੂ ਇਹ ਠਾਂ ਰਹੀਏ, ਭਾਈ ਮਰਦਾਨਾ ਸਾਹਿਬ ਕਹਿੰਦੇ ਇਹ ਸੱਚੇ ਸਤਿਗੁਰੂ ਜੀ ਆਪਾਂ ਕੁਝ ਸਮਾਂ ਇੱਥੇ ਹੋਰ ਰਹੀਏ ਜੀ, ਕਿੰਨਾ ਵਧੀਆ ਥਾਂ ਹੈ। ਮੇਰੇ ਸੰਤ ਬਚਨ ਸੁਣੀਏ ਕਹੀਏ, ਮਹਾਰਾਜ ਪਾਤਸ਼ਾਹ ਜੀ ਇੱਥੇ ਫਿਰ ਆਪਾਂ ਨੂੰ ਸੰਤ ਮਿਲਣਗੇ ਨਾ, ਤੇ ਫਿਰ ਉਹਨਾਂ ਦੇ ਨਾਲ ਆਪਾਂ ਬਚਨ ਬਲਾਸ ਜਿਹੜੇ ਹੈ ਉਹ ਕਰਾਂਗੇ। ਗੁਰਬਾਣੀ ਵਿੱਚ ਬਚਨ ਆਉਂਦਾ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰ ਰਹੀ ਹੈ, ਮਸਟ ਹੁੰਦਾ ਚੁੱਪ ਕਰ ਰਹੀ ਹੈ। ਸਤਿਗੁਰੂ ਨੇ ਵੀ ਸਿਧਾਂਤ ਦਿੱਤਾ ਵੀ ਜਿਹੜਾ ਇਨਸਾਨ ਤੁਹਾਨੂੰ ਨਾਸਤਿਕ ਮਿਲਦਾ ਹੈ ਉਹਦੇ ਨਾਲ ਪਹਿਲਾਂ ਕੋਸ਼ਿਸ਼ ਕਰੋ ਵੀ ਚੁੱਪ ਕਰ ਜਾਓ, ਕਾਹਦੇ ਲਈ ਐਵੇਂ ਉਹਦੇ ਨਾਲ ਜਿਹੜਾ ਸਮਾਂ ਅਜਾਈ ਗਵਾਉਣਾ, ਤੇ ਜੇ ਉਹ ਫਿਰ ਵੀ ਤੰਗ ਕਰਨੋਂ ਨਹੀਂ ਹਟਦਾ, ਫਿਰ ਪਾਤਸ਼ਾਹ ਨੇ ਲਿਖਿਆ ਵੀ ਮੂਰਖ ਗੰਢ ਪਵੈ ਮੋਹੇ ਮਾਰ, ਉਹਨੇ ਰੁਕਣਾ ਤਾਂ ਹੈ ਜੇ ਉਹਦੇ ਮੂੰਹ ਤੇ ਕਸੁੰਨ ਮਾਰੋ, ਤੇ ਉਸ ਤੋਂ ਇਲਾਵਾ ਫਿਰ ਹੋਰ ਕੋਈ ਇਲਾਜ ਨਹੀਂ ਹੈ, ਇਹ ਬਾਣੀ ਦੇ ਬਚਨ ਨੇ। ਤੋ ਪਾਤਸ਼ਾਹ ਕਹਿੰਦੇ ਜੇ ਪ੍ਰਭੂ ਦਾ ਪਿਆਰਾ ਮਿਲਦਾ ਤੇ ਕੋਈ ਬਚਨ ਉਹਦੇ ਨਾਲ ਕਰੋ, ਉਹਦੇ ਕੋਲੋਂ ਸੁਣੋ, ਉਹਨੂੰ ਸੁਣਾਵੋ, ਪਾਤਸ਼ਾਹ ਜੀ ਕਹਿੰਦੇ ਲਾਹਾ ਮਿਲੇਗਾ। ਜੇ ਐੜਾ ਲਾ ਕੇ ਅਸੰਤ ਲਫਜ਼ ਹੈ, ਜੇ ਅਸੰਤ